ਐਸੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਖਾਲਸਾ ਪੰਥ ਸਾਜਿਆ, ਜਿਸ ਖਾਲਸੇ ਦੇ ਬਾਰੇ ਹਜ਼ੂਰ ਨੇ ਆਪਣੀ ਪਾਵਨ ਕਲਮ ਦੇ ਨਾਲ ਲਿਖਿਆ ਹੈ ਕਿ ਸਾਨੂੰ ਅਕਾਲ ਪੁਰਖ ਨੇ ਆਗਿਆ ਦਿੱਤੀ ਸੀ। ਪਰਮੇਸ਼ਰ ਨੇ ਕਿਹਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੁਰ ਕਰਵੇ ਕੋ ਸਾਜਾ। ਅਕਾਲ ਪੁਰਖ ਨੇ ਗੁਰੂ ਕਲਗੀਧਰ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਜਾ ਕੇ ਪੰਥ ਚਲਾਉਣਾ ਹੈ, ਜਾਹੇ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ, ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੀ ਜੜ ਪੁੱਟਣ ਲਈ, ਧਰਮ ਦੀ ਸਥਾਪਨਾ ਲਈ ਹਜ਼ੂਰ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ ਹੈ। ਔਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਰਤ ਭੂਮੀ ਉੱਤੇ ਜੋ ਪਰਉਪਕਾਰ ਕੀਤੇ, ਆਪਣਾ ਸਾਰਾ ਬੰਸੀ ਸਰਬੰਸੀ ਦਾਨ ਕਰ ਦਿੱਤਾ, ਖਾਲਸੇ ਨੂੰ ਆਪਣਾ ਰੂਪ ਦਿੱਤਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ ਲੱਖਾਂ ਹਜ਼ਾਰਾਂ। ਇਹ ਗੁਰੂ ਦਾ ਖਾਲਸਾ ਪੰਥ ਕਿਸ ਤਰ੍ਹਾਂ ਸੰਸਾਰ ਵਿੱਚ ਪ੍ਰਗਟ ਹੋਇਆ, ਦਿਨੋਂ ਦਿਨ ਪੰਥ ਦਾ ਵਾਧਾ ਕਿਵੇਂ ਹੋਇਆ, ਇਹ ਕਥਾ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਿਆਨ ਕਰ ਰਹੇ ਹੈ। ਮਨ ਬਿਰਤੀਆਂ ਜੋੜ ਕੇ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖੜਗ ਤਰਹਿ ਨਿਜ ਘਰ ਵਿਖੈ ਜਵਾਲਾ ਬੰਮਣੀ ਹਾਰ। ਉਸ ਵੇਲੇ ਜੋ ਖਾਲਸੇ ਦਾ ਰੂਪ ਸੀਗਾ, ਜੋ ਸਿੰਘਾਂ ਦਾ ਬਾਣਾ ਸੀ, ਗਾਤਰੇ ਚ ਤਲਵਾਰ, ਕਮਰ ਕਸਾ ਤੇ ਹੱਥ ਵਿੱਚ ਬੰਦੂਕਾਂ ਤੇ ਬਰਛੇ ਫੜੇ ਹੁੰਦੇ ਸਨ। ਦਸਵੇਂ ਪਾਤਸ਼ਾਹ ਆਪ ਵੀ ਸਾਰਾ ਸਰੀਰ ਸ਼ਸਤਰਾਂ ਨਾਲ ਸਜਾ ਕੇ ਔਰ ਤਿਆਰ ਬਰ ਤਿਆਰ ਹੋ ਕੇ ਸੰਗਤਾਂ ਚ ਦਰਸ਼ਨ ਦਿੰਦੇ ਸਨ। ਖੜਗ ਧਰੈ ਨਿਜ ਘਰ ਵਿਖੇ, ਗਾਤਰੇ ਚ ਸ੍ਰੀ ਸਾਹਿਬ ਵੱਡੀ ਪਾਣੀ ਔਰ ਹੱਥ ਵਿੱਚ ਬੰਦੂਕ ਪਕੜਨੀ, ਇਹ ਉਸ ਵੇਲੇ ਸਿੰਘਾਂ ਦਾ ਰੂਪ ਹੁੰਦਾ ਸੀ। ਹਤੈ ਨਿਸ਼ਾਨੇ ਪਰ ਮਿਲ ਹੈ ਕਹਿ ਅਖੇਰ ਕੇ ਸਾਥ। ਜਦੋਂ ਮਹਾਰਾਜ ਜੀ ਘੋੜ ਦੌੜ ਕਰਾਉਂਦੇ, ਗੱਤਕੇ ਦੀਆਂ ਖੇਡਾਂ ਖਿਡਾਉਂਦੇ, ਨਿਸ਼ਾਨੇ ਉੱਤੇ ਗੋਲੀ ਕਿਵੇਂ ਮਾਰਨੀ ਹੈ, ਚਾਂਦ ਮਾਰੀ ਜਿਹਨੂੰ ਕਹਿੰਦੇ ਨੇ, ਬੰਦੂਕ ਦੀ ਗੋਲੀ ਚਲਾ ਕੇ ਨਿਸ਼ਾਨਾ ਫੁੰਡਣਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖਾਂ ਕੋਲੋਂ ਚਾਂਦ ਮਾਰੀ ਕਰਾਉਂਦੇ ਹਨ, ਭਾਵ ਦੂਰ ਦੂਰ ਤੱਕ ਨਿਸ਼ਾਨਾ ਉਹਨੂੰ ਫੁੰਡਣ ਦੀ ਜਾਚ ਸਿਖਾਉਂਦੇ ਹਨ, ਜਾਂ ਫਿਰ ਸ਼ਿਕਾਰ ਖੇਡਣ ਗਏ ਹੋਏ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਦੇ ਹਨ। ਚੌਪੇ ਸੁਪਨੇ ਮਾਤਰ ਨਾ ਆਯੁਧ ਜਾਨ ਹੈ। ਜਿਹੜੇ ਲੋਕ ਸਿੱਖ ਸੁਪਨੇ ਮਾਤਰ ਵੀ ਸ਼ਸਤਰ ਵਿੱਦਿਆ ਨਹੀਂ ਸੀ ਜਾਣਦੇ, ਜਿਨ੍ਹਾਂ ਸਿੱਖਾਂ ਨੇ ਕਦੀ ਨੰਗੀ ਕਰਦ ਨਹੀਂ ਸੀ ਫੜੀ, ਉਹਨਾਂ ਦੇ ਹੱਥਾਂ ਵਿੱਚ ਬੰਦੂਕਾਂ, ਤੇਗਾਂ, ਬਰਛੇ, ਭਾਲੇ ਇਹ ਦਸਵੇਂ ਪਾਤਸ਼ਾਹ ਨੇ ਫੜਾ ਦਿੱਤੇ ਹਨ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜਦੋਂ ਅੰਮ੍ਰਿਤ ਛਕਾਉਣ ਵਾਸਤੇ ਹਜ਼ੂਰ ਦੇ ਚਰਨਾਂ 'ਚ ਮਹਾਰਾਜ ਕੋਲ ਸੀਸ ਦੇਣ ਆਏ, ਤੇ ਮਹਾਰਾਜ ਨੇ ਆਖਿਆ, ਦਇਆ ਸਿੰਘ ਜੀ ਸੀਸ ਦੇਣ ਦਾ ਮਤਲਬ ਸਮਝਦੇ ਹੋ? ਕਹਿਣ ਲੱਗੇ, ਮਹਾਰਾਜ
ਮੈਂ ਤਾਂ ਇਹ ਜਾਣਦਾ ਵੀ ਤੁਸੀਂ ਸੀਸ ਮੰਗਿਆ ਤੇ ਸੀਸ ਤੁਹਾਡਾ ਹੈ ਤੇ ਤੁਹਾਡੇ ਚਰਨਾਂ ਚ ਭੇਟਾ ਕਰਨੀ ਹੈ, ਇਹਦਾ ਮਤਲਬ ਕੀ ਹੈ ਮੈਂ ਨਹੀਂ ਜਾਣਦਾ। ਹਜ਼ੂਰ ਕਹਿਣ ਲੱਗੇ, ਸੀਸ ਦੇਣ ਦਾ ਮਤਲਬ ਇਹ ਹੈ ਕਿ ਮੈਦਾਨੇ ਜੰਗ ਦੇ ਵਿੱਚ ਜਿੱਥੇ ਤੋਪਾਂ ਗੜਕਣਗੀਆਂ, ਤੀਰ ਚੱਲਣਗੇ, ਬੰਬ ਛੁੱਟਣਗੇ ਘੋੜਿਆਂ ਦੇ ਤੇ ਪੌੜਾਂ ਨਾਲ ਧਰਤੀ ਕੰਬੇਗੀ, ਨਗਾਰਿਆਂ ਦੀ ਗੂੰਜ ਨਾਲ ਅਸਮਾਨ ਗੂੰਜੇਗਾ, ਜਿੱਥੇ ਖੰਡੇ ਖੜਕਣਗੇ ਉੱਥੇ ਤੈਨੂੰ ਜੰਗ ਦੇ ਮੈਦਾਨ ਵਿੱਚ ਲੜਨਾ ਪਏਗਾ। ਸੀਸ ਦੇਣ ਦਾ ਇਹ ਮਤਲਬ ਹੈ। ਸੀਸ ਦੇਣ ਦਾ ਮਤਲਬ ਇਹ ਨਹੀਂ ਵੀ ਅੰਮ੍ਰਿਤ ਛੱਕ ਲਿਆ ਤੇ ਬਸ ਮੁੜ ਕੇ ਕੜਾਹ ਪ੍ਰਸ਼ਾਦ ਦੀ ਦੇਗ ਛੱਕ ਕੇ ਘਰਾਂ ਨੂੰ ਚਲੇ ਜਾਣਾ। ਸੀਸ ਦੇਣ ਦਾ ਮਤਲਬ ਹੈ ਵੀ ਤੈਨੂੰ ਸਾਰੀ ਉਮਰ ਮੈਦਾਨੇ ਜੰਗ ਵਿੱਚ ਜੂਝਣਾ ਪੈਣਾ ਔਰ ਬੜੀਆਂ ਬੜੀਆਂ ਕੁਰਬਾਨੀਆਂ ਕਰਨੀਆਂ ਪੈਣੀਆਂ, ਲਹੂ ਦੀਆਂ ਨਦੀਆਂ ਤਰਨੀਆਂ ਪੈਣੀਆਂ। ਭਾਈ ਦਇਆ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮਹਾਰਾਜ ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਵੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਮੁਗਲਣ ਸੇ ਕੈਸੇ ਲੜ ਪਾਊਂ। ਮਹਾਰਾਜ ਮੈਂ ਤਾਂ ਜੰਗ ਤਾਂ ਕਦੀ ਸੋਚਿਆ ਵੀ ਨਹੀਂ, ਅਸੀਂ ਤਾਂ ਕਰਦ ਫੜ ਕੇ ਨਹੀਂ ਦੇਖੀ ਕਦੀ। ਤੁਸੀਂ ਕਹਿੰਦੇ ਹੋ ਮੈਦਾਨੇ ਜੰਗ ਦੇ ਵਿੱਚ। ਮਹਾਰਾਜ ਕਹਿੰਦੇ, ਦਇਆ ਸਿੰਘ ਬਸ ਅਸੀਂ ਤੈਨੂੰ ਇਹੀ ਸੁਣਨਾ ਚਾਹੁੰਦੇ ਸੀ, ਕਿਉਂਕਿ ਹਿੰਦੁਸਤਾਨ ਦੇ ਲੋਕ ਕਿਤੇ ਇਹ ਨਾ ਕਹਿਣ ਕਿ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਅਸੀਂ ਬੜੇ ਬਹਾਦਰ ਹੁੰਦੇ ਸਾਂ। ਮਹਾਰਾਜ ਕਹਿੰਦੇ, ਤੁਹਾਡੀ ਇਹ ਕਾਇਰਤਾ ਹੀ ਕੱਢਣੀ ਹੈ। ਆ ਜਦੋਂ ਅੰਮ੍ਰਿਤ ਛਕਾ ਦਿੱਤਾ ਤੇ ਪੰਜਾਂ ਪਿਆਰਿਆਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਨੇਤਰ ਭਰ ਕੇ ਵੇਖਿਆ, ਉਹੀ ਭਾਈ ਦਇਆ ਸਿੰਘ ਬੋਲੇ, ਕਹਿਣ ਲੱਗੇ, ਮਹਾਰਾਜ ਹੁਕਮ ਕਰੋ ਦਿੱਲੀ ਤੇ ਹੱਲਾ ਕਰੀਏ ਕਿ ਲਾਹੌਰ ਤੇ ਕਰੀਏ। ਮਹਾਰਾਜ ਕਹਿੰਦੇ, ਹੁਣੇ ਤੇ ਕਹਿੰਦਾ ਸੀ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਵੀ ਨਹੀਂ ਪਕੜੀ, ਤੇ ਹੁਣੇ ਤਿਆਰ ਹੋ ਗਿਆ ਜੰਗ ਨੂੰ। ਕਹਿਣ ਲੱਗਾ, ਪਤਾ ਨਹੀਂ ਤੁਸੀਂ ਬਾਟੇ ਵਿੱਚ ਕੀ ਘੋਲ ਕੇ ਪਿਆ ਦਿੱਤਾ ਹੈ। ਸੋ ਸਾਧ ਸੰਗਤ ਜੀ, ਇਹ ਜਿਹੜਾ ਵੀਰ ਰਸ ਦਸਵੇਂ ਪਾਤਸ਼ਾਹ ਜੀ ਦੀ ਆਤਮਾ ਦਾ, ਉਹ ਖਾਲਸੇ ਦੀ ਆਤਮਾ ਵਿੱਚ ਸੰਚਾਰ ਹੋ ਗਿਆ। ਸਿੰਘ ਸ਼ਸਤਰਧਾਰੀ ਹੋ ਗਏ ਜਿਨ੍ਹਾਂ ਨੇ ਕਦੀ ਨੰਗੀ ਕਰ ਸੁਪਨੇ ਮਾਤਰ ਨਾ ਆਯੁਧ ਪਕੜੇ, ਕਦੀ ਸ਼ਸਤਰ ਸੁਪਨੇ ਚ ਵੀ ਨਹੀਂ ਸੀ ਫੜ ਕੇ ਵੇਖੇ। ਸੁਣਤ ਲੜਾਈ ਜੇ ਡਰ ਮਨ ਹੈ, ਜਿਹੜੇ ਲੋਕ ਲੜਾਈ ਦਾ ਨਾਂ ਸੁਣ ਕੇ ਡਰ ਜਾਂਦੇ ਸੀਗੇ, ਜਿਹਨਾਂ ਨੂੰ ਪਤਾ ਲੱਗ ਜਾਏ ਵੀ ਕਿਸੇ ਦੂਸਰੇ ਮੁਲਕ ਚ ਲੜਾਈ ਹੋ ਰਹੀ ਹੈ ਤੇ ਉਹ ਆਪਣੇ ਮੁਲਕ ਚ ਬੈਠੇ ਡਰੀ ਜਾਂਦੇ ਸਨ। ਸੋ ਅੰਮ੍ਰਿਤ ਛੱਕ ਹੋਵਤ ਜੋਧੇ, ਅੰਮ੍ਰਿਤ ਛੱਕ ਕੇ ਉਹੀ ਕਾਇਰ ਉਹੀ ਬੁਝਦਿਲ ਬਹਾਦਰ ਬਣ ਗਏ, ਜੋਧੇ ਬਣ ਗਏ, ਸੂਰਬੀਰ ਬਣ ਗਏ। ਵੇਖ ਅਨੀਤ ਛਤਰਨ ਪਰ ਕ੍ਰੋਧੇ, ਉਹਨਾਂ ਦੇ ਅੰਦਰ ਉਹ ਵੀਰ ਰਸ, ਉਹ ਅਣਖ ਜਾਗ ਪਈ, ਗੈਰਤ ਜਾਗ ਪਈ ਕਿ ਜਿਹੜੇ ਸ਼ਤਰੂ ਦੇਸ਼ ਨੂੰ, ਕੌਮ ਨੂੰ, ਸਮਾਜ ਨੂੰ ਬਰਬਾਦ ਕਰ ਰਹੇ ਸਨ, ਧਰਮ ਦਾ ਨੁਕਸਾਨ ਕਰ ਰਹੇ ਸਨ, ਉਹਨਾਂ ਦੇ ਨਾਲ ਖੰਡੇ ਖੜਕਾਉਣ ਲਈ ਕੱਲਾ ਕੱਲਾ ਸਿੱਖ ਸਵਾ ਸਵਾ ਲੱਖ ਦੇ ਭਾਰੂ ਹੋ ਗਿਆ। ਸ਼ਾਸਤਰਨ ਕੋ ਵਿਸਾਹੋ ਨਹੀਂ ਕਰੇ, ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ, ਹਰ ਵੇਲੇ ਸ਼ਸਤਰ ਆਪਣੇ ਕਮਰ ਕਸੇ ਵਿੱਚ, ਤਲਵਾਰ, ਢਾਲ, ਬਰਛਾ, ਬੰਦੂਕ ਤੇ ਦੁਮਾਲੇ ਤੇ ਚੱਕਰ, ਖੰਡੇ ਬਹੁਤ ਸਾਰੇ। ਹੁਣ ਤੇ ਸਾਧ ਸੰਗਤ ਜੀ ਸਾਡੇ ਕੋਲੋਂ 5-6 ਇੰਚ ਦੀ ਕਿਰਪਾਨ ਨਹੀਂ ਪਾਈ ਜਾਂਦੀ, ਪੁਰਾਤਨ ਸਿੰਘਾਂ ਦਾ ਸਵਾ ਸਵਾ ਮਣ ਕਮਰ ਕਸਾ ਇਤਿਹਾਸ ਚੋਂ ਪੜ੍ਹਦੇ ਹਾਂ। ਅਜੇ ਵੀ ਤੁਸੀਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਰਹਿ ਰਾਸ ਦੇ ਪਾਠ ਤੋਂ ਬਾਅਦ ਦਰਸ਼ਨ ਕਰੋ ਬਾਬਾ ਦੀਪ ਸਿੰਘ ਜੀ ਦੇ ਕਮਰ ਕਸੇ ਦੇ ਸ਼ਸਤਰ
13 ਚੱਕਰ ਦੁਮਾਲੇ ਉੱਤੇ ਹੀ ਸਜਦੇ ਸਨ। 13 ਚੱਕਰ ਨੇ ਜਿਹੜੇ ਦੁਮਾਲੇ ਦੇ ਉੱਤੇ ਲੱਗਿਆ ਕਰਦੇ ਸੀ ਦਸਤਾਰ ਦੇ ਉੱਤੇ। ਮਣ ਮਣ ਲੋਹਾ ਰਖਤ ਮਹਾਨੇ, ਨੈ ਮਾਨਤ ਕਾਹੂ ਕੀ ਕਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਸਵਾ ਸਵਾ ਮਣ ਲੋਹਾ ਸਰੀਰ ਤੇ ਸਜਾਉਣ ਵਾਲੇ ਸਿੰਘ, ਉਹ ਵੈਰੀ ਤੋਂ ਭੈ ਨਹੀਂ ਮੰਨਦੇ, ਸ਼ਸਤਰ ਨੂੰ ਕਦੀ ਵੀ ਆਪਣੇ ਤੋਂ ਦੂਰ ਨਹੀਂ ਕਰਦੇ। ਰਾਤ ਦਿਵਸ ਅੰਗਨ ਸੰਗ ਧਰੈ, ਸ਼ਸਤਰਾਂ ਨੂੰ ਹਮੇਸ਼ਾ ਸਰੀਰ ਦੇ ਉੱਤੇ ਸਜਾ ਕੇ ਰੱਖਦੇ, ਕਦੀ ਸ਼ਸਤਰ ਦਾ ਵਿਸਾਹ ਨਹੀਂ ਕਰਦੇ, ਸ਼ਸਤਰਹੀਨ ਨਾ ਕਬਹੂ ਹੋਈ, ਰਹਿਤ ਬੰਤ ਗੁਰ ਕਾ ਸਿੰਘ ਸੋਈ, ਸ਼ਸਤਰ ਤੋਂ ਹੀਣੇ ਨਹੀਂ ਹੁੰਦੇ। ਇੱਕ ਦਿਨ ਬੈਠੇ ਗੁਰ ਫਰਮਾਇਓ, ਇੱਕ ਦਿਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਦੇ ਦੀਵਾਨ ਚ ਬੈਠੇ ਬਚਨ ਕੀਤਾ। ਪ੍ਰਥਮ ਛਤਰੀਏ ਨੇ ਰਾਜ ਗਵਾਇਓ, ਮਹਾਰਾਜ ਕਹਿੰਦੇ ਦੇਖੋ ਖਾਲਸਾ ਜੀ, ਪਹਿਲਾਂ ਛਤਰੀਆਂ ਦਾ ਰਾਜ ਸੀਗਾ, ਸੂਰਬੀਰ ਬਹਾਦਰ ਯੋਧੇ ਧਰਤੀ ਤੇ ਰਾਜ ਕਰਦੇ ਸਨ, ਛਤਰੀ ਧਰਮ ਦੇ ਵਿੱਚ ਪਰਪੱਕ ਰਹਿੰਦੇ ਸਨ। ਸਮਾਂ ਆਇਆ ਉਹਨਾਂ ਛਤਰੀਆਂ ਨੇ ਸ਼ਸਤਰ ਛੱਡ ਦਿੱਤੇ, ਕੇਸ ਕਟਾਉਣ ਲੱਗ ਪਏ ਤੇ ਆਪਣੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੀ ਦੱਸੀ ਮਰਿਆਦਾ ਤੋਂ ਉਲਟ ਚੱਲਣ ਲੱਗ ਪਏ। ਸ਼ਸਤਰਨ ਕੋ ਤਜ ਕਹਿ ਅਭਿਆਸਾ, ਛਤਰੀਆਂ ਨੇ ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ, ਸ਼ਸਤਰਾਂ ਦਾ ਅਭਿਆਸ ਛੱਡ ਕੇ ਆਰਾਮ ਪ੍ਰਸਤ ਹੋ ਗਏ, ਐਸ਼ੋ ਆਰਾਮ ਚ ਪੈ ਗਏ। ਵਸੇ ਅਵਾਸਨ ਬਿਲਸ ਬਿਲਾਸਾ, ਔਰ ਘਰ ਦੇ ਵਿੱਚ ਸ਼ਰਾਬਾਂ ਕਬਾਬਾਂ ਭੈੜੇ ਕੰਮਾਂ ਵਿੱਚ ਪੈ ਕੇ ਸ਼ਸਤਰ ਵਿਦਿਆ ਦਾ ਅਭਿਆਸ ਛੱਡ ਕੇ ਆਲਸੀ ਦਲਿਦਰੀ ਬਣ ਗਏ। ਰਾਗ ਰੰਗ ਮਹਿ ਮਤ ਵਿਸਾਲਾ, ਫਿਰ ਰਾਗ ਰੰਗ ਵਿੱਚ ਮਸਤ ਹੋ ਗਏ, ਕਦੀ ਉਹਨਾਂ ਨੇ ਸ਼ਰਾਬਾਂ ਪੀਣੀਆਂ, ਕਦੀ ਕਬਾਬ ਖਾਣੇ, ਕਦੀ ਨਾਚ ਗਾਣੇ ਵੇਖਣੇ, ਸ਼ਸਤਰਾਂ ਦਾ ਜਿਹੜਾ ਅਭਿਆਸ ਕਰਦੇ ਸੀ ਉਹ ਛੱਡ ਦਿੱਤਾ। ਡਰਨ ਲੱਗੇ ਰਿਪ ਜਾਨ ਕਰਾਲਾ, ਤੇ ਵੈਰੀਆਂ ਤੋਂ ਡਰਨ ਲੱਗ ਪਏ। ਫਿਰ ਆਰਾਮ ਪ੍ਰਸਤ ਜਦੋਂ ਬੰਦਾ ਹੋ ਜਾਂਦਾ ਨਾ, ਉਹ ਡਰਦਾ ਵੀ ਕਿਤੇ ਮੇਰਾ ਆਰਾਮ, ਮੇਰਾ ਸੁੱਖ, ਮੇਰੀ ਇਹ ਸਹੂਲਤ ਚਲੀ ਨਾ ਜਾਵੇ। ਜਦੋਂ ਬੰਦਾ ਦੁੱਖ ਵਿੱਚ ਹੁੰਦਾ, ਸਾਧ ਸੰਗਤ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਫੈਸਲਾ ਦੇ ਦਿੱਤਾ, ਦੁੱਖ ਦਾਰੂ ਸੁੱਖ ਰੋਗ ਭਇਆ, ਦੁੱਖ ਦਾਰੂ ਹੈ, ਕਿਉਂਕਿ ਦੁੱਖ ਦੇ ਵਿੱਚ ਬੰਦਾ ਦਲੇਰ ਹੁੰਦਾ, ਦੁੱਖ ਦੇ ਵਿੱਚ ਬੰਦਾ ਰੱਬ ਦਾ ਓਟ ਆਸਰਾ ਤੱਕਦਾ, ਦੁੱਖ ਵਿੱਚ ਬੰਦਗੀ ਵੀ ਕਰਦਾ, ਦੁੱਖ ਵਿੱਚ ਬੰਦਾ ਸੰਘਰਸ਼ ਵੀ ਕਰਦਾ। ਜਦੋਂ ਸੁੱਖ ਹੁੰਦਾ ਬੰਦਾ ਆਰਾਮ ਪ੍ਰਸਤ ਹੋ ਜਾਂਦਾ। ਸੁੱਖ ਰੋਗ ਭਇਆ ਜਾ ਸੁੱਖ ਭਾਵ ਨ ਹੋਈ, ਜਦੋਂ ਬੰਦੇ ਨੂੰ ਸੁੱਖ ਆਰਾਮ ਦਾ ਸਮਾਂ ਮਿਲੇ, ਉਹਨੂੰ ਪਰਮੇਸ਼ਰ ਦੇ ਮਿਲਣ ਦੀ ਤਮੰਨਾ ਜਾਂ ਧਰਮ ਯੁੱਧ ਕਰਨ ਦੀ ਇੱਛਾ ਹੁੰਦੀ ਨਹੀਂ, ਨਾ ਉਹ ਸੰਤ ਬਣ ਸਕਦਾ ਤੇ ਨਾ ਉਹ ਸਿਪਾਹੀ ਬਣ ਸਕਦਾ। ਜਿਹੜਾ ਬੰਦਾ ਦੁੱਖ ਵਿੱਚ ਹੈ ਉਹੀ ਸੰਤ ਬਣੇਗਾ, ਉਹੀ ਸਿਪਾਹੀ ਬਣੇਗਾ, ਇਹ ਤਾਂ ਨੇਚਰਲੀ ਹੈ। ਸੁੱਖ ਵਿੱਚ ਜਿੰਨੇ ਵੀ ਆਪਾਂ ਦਿਨੋ ਦਿਨ ਸੁੱਖਾਂ 'ਚ ਪੈਂਦੇ ਜਾ ਰਹੇ ਹਾਂ, ਪਰਮੇਸ਼ਰ ਵੀ ਭੁੱਲਦਾ ਜਾ ਰਿਹਾ, ਬਾਣੀ ਅਤੇ ਬਾਣਾ ਵੀ ਅਸੀਂ ਵਿਸਾਰਦੇ ਜਾ ਰਹੇ ਹਾਂ। ਸਤਿਗੁਰੂ ਮਹਾਰਾਜ ਕਲਗੀਧਰ ਜੀ ਕਹਿੰਦੇ ਛਤਰੀ ਰਾਜੇ ਹੁੰਦੇ ਸਨ, ਸ਼ਸਤਰਧਾਰੀ ਹੁੰਦੇ ਸਨ, ਹੌਲੇ ਹੌਲੇ ਸ਼ਸਤਰਾਂ ਦਾ ਅਭਿਆਸ ਛੱਡ ਕੇ ਉਹ ਸੁੱਖ ਆਰਾਮ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਗਏ। ਸਮੁੱਖ ਮਲੇਸ਼ਨ ਕੇ ਨਹਿ ਹੋਏ, ਜਦੋਂ ਬਾਹਰਲੇ ਹਮਲਾਵਰਾਂ ਨੇ ਹੱਲੇ ਸ਼ੁਰੂ ਕਰ ਦਿੱਤੇ, ਮੁਹੰਮਦ ਬਿਨ ਕਾਸਿਮ ਨੇ ਹੱਲਾ ਕੀਤਾ, ਮੁਹੰਮਦ ਗੋਰੀ ਨੇ ਹੱਲਾ ਕੀਤਾ, ਤੁਗਲਕ ਵੰਸ਼ ਦੇ ਬਾਦਸ਼ਾਹਾਂ ਨੇ, ਪਠਾਣਾ ਨੇ, ਮੁਗਲਾਂ ਨੇ, ਚੰਗੇਜ਼ ਖਾਂ ਵਰਗਿਆਂ ਨੇ ਇਸ ਹਿੰਦੁਸਤਾਨ 'ਤੇ ਜਦੋਂ ਹੱਲੇ ਕੀਤੇ,
ਤਾਂ ਉਹਨਾਂ ਹੱਲਿਆਂ ਨੂੰ ਝੱਲਣ ਦੇ ਸਾਡੇ ਦੇਸ਼ ਵਾਸੀ ਸਮਰੱਥ ਨਹੀਂ ਹੋ ਸਕੇ ਫਿਰ। ਹਾਂਜੀ, ਸੱਚ ਆਯੁਧ ਸੂਰਤਨ ਖੋਏ, ਉਹਨਾਂ ਨੇ ਸ਼ਸਤਰ ਛੱਡ ਦਿੱਤੇ, ਸੂਰਾ ਸੂਰਬੀਰਤਾ ਛੱਡ ਦਿੱਤੀ, ਕਾਇਰ ਬਣ ਗਏ, ਬੁੱਝਦਿਲ ਬਣ ਗਏ, ਸ਼ਸਤਰ ਰੱਖਣੇ ਛੱਡ ਕੇ ਘਰਾਂ ਦੇ ਵਿੱਚ ਸ਼ਰਾਬਾਂ ਦੀਆਂ ਬੋਤਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਮਾੜੇ ਕੰਮਾਂ 'ਚ ਪੈ ਗਏ, ਸ਼ਸਤਰਾਂ ਦਾ ਤਿਆਗ ਕਰ ਦਿੱਤਾ। ਭੈ ਦੀਨ ਕਾਤਰ ਮਤ ਮੂੜੇ, ਉਹ ਕਾਇਰ ਬੁੱਝਦਿਲ ਬਣ ਗਏ, ਦਿਨੋ ਦਿਨ ਉਹਨਾਂ ਦਾ ਪ੍ਰਤਾਪ ਘਟਦਾ ਗਿਆ, ਰਾਜ ਭਾਗ ਖੁੱਸ ਗਿਆ। ਉਹ ਫਿਰ ਕਾਇਰਾਂ ਦੀ ਮੌਤ ਮਰਦੇ ਰਹੇ, ਮਰਦੇ ਫਿਰ ਵੀ ਰਹੇ। ਕਾਇਰ ਨੇ ਵੀ ਮਰਨਾ ਹੁੰਦਾ ਤੇ ਬਹਾਦਰ ਨੇ ਵੀ ਮਰਨਾ ਹੁੰਦਾ, ਔਰ ਬੰਦੇ ਨੇ ਜੀਣਾ ਉਨਾ ਚਿਰ ਹੀ ਹੁੰਦਾ ਜਿੰਨਾ ਉਹਦੀ ਲਿਖੀ ਹੋਵੇ। ਇਹ ਨਹੀਂ ਵੀ ਬਹਾਦਰ ਛੇਤੀ ਮਰ ਜਾਵੇਗਾ ਤੇ ਕਾਇਰ ਜ਼ਿਆਦਾ ਚਿਰ ਜੀ ਲੇਗਾ, ਜੇ 5-10 ਸਾਲ ਜ਼ਿਆਦਾ ਜੀ ਵੀ ਲਿਆ ਫਿਰ ਵੀ ਮਰ ਜਾਏਗਾ। ਆਖੋ ਸ੍ਰੀ ਵਾਹਿਗੁਰੂ। ਤੋ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਕਾਇਰ ਬਣ ਗਏ ਤੇ ਵੈਰੀਆਂ ਦੇ ਹੱਥੋਂ ਦੀਨ ਦਸ਼ਾ ਨੂੰ ਪ੍ਰਾਪਤ ਹੋ ਕੇ ਬੁਰੀ ਹਾਲਤ ਨਾਲ ਮਰੇ। ਨਿਕਸ ਸਦਨ ਤੇ ਆਸ ਨਾ ਅਰੂੜੇ, ਉਹ ਘਰੋਂ ਨਿਕਲ ਕੇ ਘੋੜੇ ਤੇ ਸਵਾਰ ਹੋ ਕੇ ਖੰਡਾ ਫੜ ਕੇ ਦੁਸ਼ਮਣ ਦੇ ਸਾਹਮਣੇ ਨਹੀਂ ਗਏ, ਬਲਕਿ ਜਦੋਂ ਦੁਸ਼ਮਣ ਚੜ ਕੇ ਆਇਆ ਤੇ ਆਪਣੇ ਘਰਾਂ ਚ ਘੁਰਨਿਆਂ ਵਿਚ ਗਿੱਦੜਾਂ ਦੀ ਤਰ੍ਹਾਂ ਲੁਕ ਗਏ। ਕਾਇਰ ਬਣ ਗਏ, ਬੁੱਝਦਿਲ ਬਣ ਗਏ। ਉਹ ਜਿਵੇਂ ਬਾਜ ਆਵੇ ਨਾ ਤੇ ਕਬੂਤਰ ਅੱਖਾਂ ਵਿੱਚ ਲੈਂਦਾ, ਬਾਜ ਨੂੰ ਵੇਖ ਕੇ ਕਬੂਤਰ ਇਹ ਸਮਝਦਾ ਵੀ ਹੁਣ ਮੈਂ ਅੱਖਾਂ ਮੀਚ ਲਈਆਂ, ਹੁਣ ਮੈਨੂੰ ਕੋਈ ਨਹੀਂ ਦੇਖਦਾ। ਪਰ ਬਾਜ ਦੀਆਂ ਅੱਖਾਂ ਖੁੱਲੀਆਂ ਨੇ, ਉਹ ਤਾਂ ਨਹੀਂ ਨਾ ਬੰਦ ਕੀਤੀਆਂ ਉਹਨੇ। ਇਸ ਤਰ੍ਹਾਂ ਜੇ ਕੋਈ ਕਾਇਰ ਬੰਦਾ ਜ਼ੁਲਮ ਤੋਂ ਜ਼ਾਲਮ ਤੋਂ ਡਰ ਕੇ ਅੱਖਾਂ ਮੀਚ ਲਵੇ ਤੇ ਜ਼ਾਲਮ ਨੇ ਤਾਂ ਨਹੀਂ ਨਾ ਅੱਖਾਂ ਮੀਚੀਆਂ, ਉਹ ਤਾਂ ਜ਼ੁਲਮ ਕਰੇਗਾ ਹੀ। ਸੋ ਇਸ ਤਰ੍ਹਾਂ ਦੀ ਹਾਲਤ ਗੁਰੂ ਕਲਗੀਧਰ ਕਹਿੰਦੇ ਸਾਡੇ ਦੇਸ਼ ਦੀ ਬਣ ਗਈ। ਤਬ ਤੁਰਕਾਂ ਕੀਨ ਰਨ ਕਰਨੀ, ਤਾਂ ਤੁਰਕਾਂ ਨੇ ਉਹਨਾਂ ਬਾਹਰ ਦੇ ਹਰਬਲਾਵਰਾਂ ਨੇ, ਮੁਹੰਮਦ ਬਿਨ ਕਾਸਿਮ ਵਰਗਿਆਂ ਨੇ ਤੇ ਮੁਹੰਮਦ ਗੋਰੀ ਨੇ, ਤੁਗਲਕ ਵੰਸ਼ ਦੇ ਬਾਦਸ਼ਾਹਾਂ ਨੇ, ਚੰਗੇਜ਼ ਖਾਂ ਵਰਗਿਆਂ ਨੇ ਹਿੰਦੁਸਤਾਨ ਦੇ ਉੱਤੇ ਜ਼ਬਰਦਸਤੀ ਹੱਲੇ ਕੀਤੇ, ਇੱਥੋਂ ਦੀ ਅਸਮਤ ਨੂੰ ਲੁੱਟਿਆ, ਹਜ਼ਾਰਾਂ ਲੜਕੀਆਂ ਬੰਨ ਬੰਨ ਕੇ ਕਾਬਲ ਵੱਲ ਲਿਜਾਣੀਆਂ, ਕੰਧਾਰ ਲਿਜਾਣੀਆਂ, ਈਰਾਨ ਤੇ ਇਰਾਕ ਲੈ ਕੇ ਜਾਣੀਆਂ। ਨੌਜਵਾਨ ਲੜਕੀਆਂ 15-16 ਸਾਲ ਤੋਂ ਲੈ ਕੇ 20-22 ਸਾਲ ਤੱਕ ਦੀ ਉਮਰ ਦੀਆਂ ਜਾ ਕੇ ਟਕੇ ਟਕੇ ਤੇ ਵੇਚ ਦੇਣੀਆਂ ਉੱਥੇ। ਇਸ ਤਰ੍ਹਾਂ ਦਾ ਕੰਮ ਮੁਗਲ ਪਠਾਨ ਸਾਡੇ ਦੇਸ਼ ਨਾਲ ਕਰਨ ਲੱਗ ਪਏ। ਛੀਨਿਆ ਰਾਜ ਕੋਸ਼ ਗੱਟ ਧਰਨੀ, ਉਹਨਾਂ ਨੇ ਧਰਤੀ ਦਾ ਰਾਜ ਵੀ ਹਿੰਦੁਸਤਾਨੀਆਂ ਕੋਲੋਂ ਖੋਹ ਲਿਆ, ਹਿੰਦੂਆਂ ਨੂੰ ਗੁਲਾਮ ਬਣਾ ਲਿਆ, ਖਜ਼ਾਨਿਆਂ ਦੇ ਮਾਲਕ ਬਣ ਗਏ, ਕਿਲਿਆਂ ਦੇ ਮਾਲਕ ਬਣ ਗਏ, ਮੁਲਕਾਂ ਦੇ ਮਾਲਕ ਬਣ ਗਏ। ਸ਼ਾਸਤਰਨ ਕੇ ਅਧੀਨ ਹੈ ਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ ਸੁਣੋ ਖਾਲਸਾ ਜੀ, ਰਾਜ ਸ਼ਸਤਰਾਂ ਦੇ ਅਧੀਨ ਹੈ। ਜੇ ਸ਼ਸਤਰ ਰੱਖੋਗੇ ਤੁਹਾਡਾ ਰਾਜ ਹੋ ਜਾਏਗਾ, ਜੇ ਸ਼ਸਤਰ ਛੱਡ ਦਿਓਗੇ ਤੁਸੀਂ ਗੁਲਾਮ ਹੋ ਜਾਓਗੇ। ਹਾਂਜੀ, ਜੋ ਨਾ ਧਰੈ ਤਿਸ ਬਿਗੜੈ ਕਾਜ, ਜਿਹੜਾ ਸ਼ਸਤਰ ਨਹੀਂ ਧਰੇਗਾ ਉਹਦਾ ਕੰਮ ਵਿਗੜ ਜਾਏਗਾ, ਜਿਵੇਂ ਹਿੰਦੁਸਤਾਨ ਦਾ ਕੰਮ ਵਿਗੜ ਗਿਆ। ਜੈਨ ਧਰਮ ਦਾ ਤੇ ਬੁੱਧ ਧਰਮ ਦਾ ਐਸਾ ਸਾਡੇ ਦੇਸ਼ ਵਿੱਚ ਪ੍ਰਭਾਵ ਪੈ ਗਿਆ ਸੀ ਕਿ ਕਹਿੰਦੇ ਸੀ ਵੀ ਹਥਿਆਰ ਰੱਖਣਾ, ਹਿੰਸਾ ਕਰਨੀ ਬੜਾ ਪਾਪ ਹੈ, ਤੇ ਉਸ ਗੱਲ ਨੇ ਸਾਡੀ ਕੌਮ ਨੂੰ, ਬਹਾਦਰ ਕੌਮ ਹਿੰਦੁਸਤਾਨ ਦੀ, ਸਾਰੀ ਦੁਨੀਆਂ ਚੋਂ ਸਭ ਤੋਂ ਸੂਰਬੀਰਾਂ ਦੀ ਕੌਮ ਸੀ ਭਾਰਤੀ ਲੋਕਾਂ ਦੀ, ਖਾਸ ਕਰਕੇ ਪੰਜਾਬੀਆਂ ਦੀ। ਪਰ ਜੈਨੀ ਬੁੱਧੀ ਬਣ ਗਏ ਜਦੋਂ ਸ਼ਸਤਰ ਛੱਡ ਦਿੱਤੇ,
ਤੇ ਬਸ ਫਿਰ ਹੌਲੇ 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 ਗੁਲਾਮਾਂ ਦੀ ਕੌਮ ਬਣ ਗਈ, ਬੁਜਦਿਲਾਂ ਦੀ ਕੌਮ ਬਣ ਗਈ। ਜਾਂ ਤੇ ਸਰਬ ਖਾਲਸਾ ਸੁਣੀਏ। ਇਸ ਕਰਕੇ ਦਸਵੇਂ ਪਾਤਸ਼ਾਹ ਕਹਿੰਦੇ ਮੇਰੇ ਖਾਲਸਾ ਜੀ ਸਾਰੇ ਧਿਆਨ ਦੇ ਕੇ ਸੁਣੋ। ਆਯਤ ਧਰਬੇ ਉੱਤਮ ਗੁਣੀਏ, ਸਭ ਤੋਂ ਉੱਤਮ ਧਰਮ ਸ਼ਸਤਰ ਧਾਰੀ ਹੋਣਾ ਹੈ। ਸ਼ਸਤਰ ਧਾਰੀ ਆਪਣਾ ਧਰਮ ਵੀ ਬਚਾ ਸਕਦਾ, ਦੂਜੇ ਦਾ ਧਰਮ ਵੀ ਬਚਾ ਸਕਦਾ। ਸ਼ਸਤਰ ਧਾਰੀ ਖਾਲਸਾ ਅਸੀਂ ਸਾਜਿਆ, ਜਾਂ ਤੇ ਸਰਬ ਖਾਲਸਾ ਸੁਣੀਏ, ਸਾਡਾ ਸਾਰਾ ਖਾਲਸਾ ਸੁਣ ਲਵੇ। ਜਿਹੜੇ ਸਾਡਾ ਬਚਨ ਮੰਨਣਗੇ ਉਹ ਇਸ ਧਰਤੀ ਦੇ ਬਾਦਸ਼ਾਹ ਬਣਨਗੇ। ਜਪ ਹਮਰੇ ਦਰਸ਼ਨ ਕੋ ਆਵੋ, ਮਹਾਰਾਜ ਕਹਿੰਦੇ ਜਦੋਂ ਸਾਡੇ ਦਰਬਾਰ ਦੇ ਵਿੱਚ ਦਰਸ਼ਨਾਂ ਲਈ ਆਵੋ। ਬਨ ਸੁਚੇਤ ਤਨ ਸ਼ਸਤਰ ਸਜਾਵੋ, ਸੁਚੇਤ ਹੋ ਕੇ ਸ਼ਸਤਰ ਸਜਾ ਕੇ ਆਇਆ ਕਰੋ। ਗਾਤਰੇ ਚ ਸ੍ਰੀ ਸਾਹਿਬ ਬਰਛਾ ਬੰਦੂਕ ਢਾਲ ਤਲਵਾਰ ਸਜਾ ਕੇ ਸਾਡੇ ਦਰਬਾਰ ਵਿੱਚ ਬੈਠਿਆ ਕਰੋ। ਕਮਰ ਕਸਾ ਕਰ ਦੇਹੋ ਦਿਖਾਈ, ਪੂਰਾ ਕਮਰ ਕਸਾ ਸਜਿਆ ਹੋਵੇ, ਸ਼ਸਤਰ ਸਜੇ ਹੋਣ, ਏਦਾਂ ਸਜੇ ਧਜੇ ਸਾਨੂੰ ਦਰਸ਼ਨ ਦੇਣਾ ਸਾਡੀ ਫੌਜ ਨੇ। ਮਹਾਰਾਜ ਕਹਿੰਦੇ ਤੁਸੀਂ ਖਾਲਸਾ ਸਾਡੀ ਫੌਜ, ਤੇ ਫੌਜ ਸ਼ਸਤਰਾਂ ਨਾਲ ਹੀ ਸੋਹਣੀ ਲੱਗਦੀ ਹੈ। ਹਮਰੀ ਖੁਸ਼ੀ ਹੋਏ ਅਧਕਾਈ, ਸਾਡੀ ਬੜੀ ਖੁਸ਼ੀ ਹੋਵੇਗੀ, ਅਸੀਂ ਬਹੁਤ ਪ੍ਰਸੰਨ ਹੋਵਾਂਗੇ ਜੇ ਤੁਸੀਂ ਸਾਡਾ ਬਚਨ ਮੰਨ ਕੇ ਸ਼ਸਤਰ ਸਜਾ ਕੇ ਸਾਡੇ ਦਰਬਾਰ ਵਿੱਚ ਆਓਗੇ। ਸ਼ਸਤਰ ਕੇਸ ਬਿਨ ਪਾਉ ਲਖੋ ਨਰ, ਮਹਾਰਾਜ ਕਹਿੰਦੇ ਸ਼ਸਤਰਾਂ ਤੇ ਕੇਸਾਂ ਤੋਂ ਬਿਨਾਂ ਬੰਦਾ ਪਾਈਆ ਹੈ, ਨਾ ਕੇਸ ਰੱਖੇ ਹੋਣ ਤੇ ਨਾ ਸ਼ਸਤਰ ਹੋਣ, ਤੇ ਉਹ ਸਮਝੋ ਪਾਈਆ 250 ਗ੍ਰਾਮ ਹੀ ਹੈ। ਹਾਂਜੀ, ਕੇਸ ਧਰੇ ਤਬ ਅੱਧੋ ਲੱਖ, ਜੇ ਕੇਸ ਰੱਖ ਲੈ ਤੇ ਅੱਧਾ ਹੋ ਗਿਆ, ਅੱਧਾ ਕਿਲੋ ਬਣ ਗਿਆ, 500 ਗ੍ਰਾਮ ਹੋ ਗਿਆ। ਹਾਂਜੀ, ਕੇਸ ਸ਼ਸਤਰ ਜਬ ਦੋਨੋ, ਜੇ ਕੇਸਾਂ ਦੇ ਨਾਲ ਸ਼ਸਤਰ ਵੀ ਧਾਰਨ ਕਰ ਲੈ ਤੇ ਫਿਰ ਪੂਰਾ ਕਿਲੋ ਹੋ ਗਿਆ, ਫਿਰ ਪੂਰਾ ਸੇਰ ਹੋ ਗਿਆ। ਹਾਂਜੀ, ਤਬ ਨਰ ਰੂਪ ਹੋਤ ਹੈ ਸਾਰੇ, ਉਹ ਸਾਰਾ ਹੋ ਜਾਂਦਾ, ਪੂਰਨ ਹੋ ਜਾਂਦਾ। ਕੇਸਾਂ ਦੇ ਨਾਲ ਸ਼ਸਤਰ ਵੀ ਹੋਣ ਸੰਪੂਰਨ ਹੈ, ਕੱਲੇ ਕੇਸ ਹੋਣ ਸ਼ਸਤਰ ਨਾ ਹੋਵੇ ਅੱਧਾ ਹੈ, ਜੇ ਕੇਸ ਵੀ ਨਾ ਹੋਣ ਤੇ ਫਿਰ ਪਾਈਆ ਹੀ ਹੈ। ਹਾਂਜੀ, ਆਸ ਉਪਦੇਸ਼ ਗੁਰੂ ਤੇ ਸੁਣ ਕਰ, ਇਸ ਤਰ੍ਹਾਂ ਦਸਵੇਂ ਪਾਤਸ਼ਾਹ ਆਪਣੇ ਸਿੰਘਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਾਧ ਸੰਗਤ ਜੀ ਕੇਸਗੜ੍ਹ ਦਾ ਮਤਲਬ ਕੀ ਹੈ, ਕੇਸਾਂ ਵਾਲਾ ਕਿਲਾ ਸਾਡੇ ਸਿਰ ਦੇ ਉੱਤੇ, ਇਹ ਜਿਹੜਾ ਜੂੜਾ ਹੈ ਇਹ ਕੇਸਗੜ੍ਹ ਹੈ, ਇਹ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ, ਤੇ ਕੇਸਗੜ੍ਹ ਦੇ ਨਾਲ ਹੀ ਦੁਮਾਲਗੜ੍ਹ ਸਾਹਿਬ ਹੈ। ਦੁਮਾਲਗੜ੍ਹ ਦਾ ਮਤਲਬ ਹੈ ਵੀ ਦੁਮਾਲਾ ਵੀ ਸਜਾਉਣਾ ਕੇਸਾਂ ਦੇ ਉੱਤੇ। ਇਹ ਦੋਵੇਂ ਗੱਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਦਾਤਾਂ ਹਨ, ਤੇ ਕਈ ਲੋਕ ਸਾਧ ਸੰਗਤ ਜੀ ਕਈ ਮੇਰੇ ਵੀਰ ਗੁੱਸਾ ਕਰਦੇ ਆ ਕਿ ਸਾਨੂੰ ਮੋਨੇ ਘੋਨੇ ਕਿਉਂ ਕਹਿੰਦੇ ਹੋ। ਦੇਖੋ ਭਾਈ, ਗੁਰੂ ਘਰ ਚ ਕਿਸੇ ਦਾ ਦਿਲ ਦੁਖਾਉਣ ਦੀ ਸਾਡੀ ਕੋਈ ਭਾਵਨਾ ਨਹੀਂ ਹੁੰਦੀ। ਗੁਰੂ ਘਰ ਚ ਕੋਈ ਵੀ ਆਵੇ, ਹਿੰਦੂ ਮੁਸਲਮਾਨ ਈਸਾਈ ਜੈਨੀ ਬੋਧੀ, ਉਹ ਜੀ ਆਇਆਂ ਨੂੰ ਹੈ। ਪਰ ਜਿਹੜੇ ਪੰਜਾਬ ਦੇ ਨੌਜਵਾਨ ਨੇ, ਜਿਨ੍ਹਾਂ ਦੇ ਪਿਓ ਦਾਦਿਆਂ ਨੇ ਬੰਦ ਬੰਦ ਕਟਾਏ ਨੇ, ਜਿਨ੍ਹਾਂ ਦੇ ਪਿਓ ਦਾਦਿਆਂ ਨੇ ਕੇਸਾਂ ਪਿੱਛੇ ਖੋਪਰੀਆਂ ਲੁਆਈਆਂ ਨੇ, ਉਹਨਾਂ ਦੇ ਬੱਚਿਆਂ ਨੂੰ ਯਾਦ ਕਰਾਉਣਾ ਸਾਡੀ ਡਿਊਟੀ ਹੈ। ਕੇਸ ਤੁਸੀਂ ਕਟਾਉਂਦੇ ਹੋ, ਅਸੀਂ ਤੁਹਾਨੂੰ ਜ਼ਬਰਦਸਤੀ ਦਿਖਾ ਨਹੀਂ ਸਕਦੇ, ਤੇ ਨਾ ਕੋਈ ਕਿਸੇ ਦੇ ਜ਼ਬਰਦਸਤੀ ਕੇਸ ਕਟਾ ਸਕਦਾ। ਕੱਲ੍ਹ ਮੈਨੂੰ ਗੁਰਮੁਖ ਪਿਆਰਿਆਂ ਤੋਂ ਸੁਨੇਹਾ ਮਿਲਿਆ ਸੀਗਾ, ਤੇ ਉਹ ਮੈਂ ਤਾਂ ਬੇਨਤੀ ਕਰ ਰਿਹਾ ਵੀ ਸ਼ਾਇਦ ਕਈ ਵੀਰ ਇਸ ਗੱਲ 'ਤੇ ਮਨ ਵਿੱਚ ਥੋੜ੍ਹਾ ਜਿਹਾ ਮਹਿਸੂਸ ਕਰਨ ਲੱਗ ਜਾਂਦੇ ਵੀ ਸ਼ਾਇਦ ਸਾਨੂੰ ਸੁਣਾ ਕੇ ਗੱਲ ਕਰ ਰਹੇ ਹੈ। ਬਿਲਕੁਲ ਭਾਈ ਸਾਹਿਬ, ਗੁਰੂ ਕੇ ਪਿਆਰੇ ਹੋ, ਜਿੱਥੇ ਜਿੱਥੇ ਤੁਸੀਂ ਸੁਣ ਰਹੇ ਹੋ,
ਗੁਰੂ ਕੇ ਦਰਬਾਰ ਵਿੱਚ ਕਿਸੇ ਦਾ ਦਿਲ ਦੁਖਾਉਣ ਵਾਲਾ ਬਚਨ ਕਰਨਾ ਵੀ ਪਾਪ ਹੈ। ਪਰ ਜੋ ਗੁਰਬਾਣੀ 'ਚ ਲਿਖਿਆ ਹੈ ਜਾਂ ਸਾਡੇ ਇਤਿਹਾਸ ਵਿੱਚ ਲਿਖਿਆ ਉਹ ਨਾ ਦੱਸੀਏ ਤਾਂ ਵੀ ਪਾਪ ਹੈ। ਜੇ ਅਸੀਂ ਗੁਰੂ ਦੀ ਮਰਿਆਦਾ ਤੁਹਾਨੂੰ ਨਹੀਂ ਦੱਸਾਂਗੇ ਫਿਰ ਕੌਣ ਦੱਸੇਗਾ? ਆਪਾਂ ਗੁਰੂ ਦੀ ਗੱਲ ਵੀ ਕਰਨੀ ਹੈ, ਸੁਣਨੀ ਵੀ ਹੈ ਤੇ ਮੰਨਣੀ ਵੀ ਹੈ। ਦਿਲ ਦੇ ਉੱਤੇ ਬੁਰਾ ਅਸਰ ਨਹੀਂ ਕਬੂਲਣਾ। ਅਰਦਾਸ ਕਰੋ ਵੀ ਜੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੇਸ ਰੱਖਣ ਦੀ ਸਮਰੱਥਾ ਦਿਓ, ਅਸੀਂ ਦਾੜੀਆਂ ਕੇਸ ਸਾਬਤ ਰੱਖੀਏ, ਤਿਆਰ ਬਰ ਤਿਆਰ ਹੋਈਏ, ਅਰਦਾਸ ਕਰਕੇ ਮੰਗਣਾ ਗੁਰੂ ਤੋਂ। ਸੋ ਪਿਆਰਿਓ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਦੇਖੋ ਕੇਸਾਂ ਦੀ ਮਹਾਨਤਾ ਦੱਸ ਰਹੇ ਨੇ। ਕੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰੇਮ ਨਹੀਂ ਕਰਦੇ? ਬਲਕਿ ਮੈਂ ਇੱਕ ਬੇਨਤੀ ਕਰਦਾ ਹੁੰਦਾ ਵੀ ਜਿਹੜੇ ਸਾਡੇ ਮੋਨੇ ਵੀਰ ਨੇ ਨਾ, ਨੌਜਵਾਨ ਕੇਸ ਕਟਾਉਂਦੇ ਨੇ, ਉਹ ਸਾਡੇ ਨਾਲੋਂ ਵੀ ਜ਼ਿਆਦਾ ਦਸਵੇਂ ਪਾਤਸ਼ਾਹ ਨੂੰ ਪ੍ਰੇਮ ਕਰਦੇ ਨੇ। ਮੈਂ ਆਪਣੀ ਅੱਖਾਂ ਨਾਲ ਦੇਖਿਆ ਹੈ। ਜਦੋਂ ਇਹ ਸਰਸੇ ਵਾਲਾ ਰੌਲਾ ਪਿਆ ਨਾ ਪੰਜਾਬ ਦੇ ਵਿੱਚ, ਅਤੇ ਅਸੀਂ ਅਜੇ ਪਿੱਛੇ ਹੁੰਦੇ ਸੀ ਅੰਮ੍ਰਿਤਧਾਰੀ, ਅਤੇ ਇਹ ਨੌਜਵਾਨ ਅੱਗੇ ਜਾ ਕੇ ਗੱਜਦੇ ਸੀ, ਕਹਿੰਦੇ ਸਾਡੇ ਗੁਰੂ ਦਾ ਕਿਉਂ ਲਿਬਾਸ ਪਾਵੇ ਦੂਜਾ। ਮੈਂ ਦੇਖਿਆ ਵੀ ਅਸੀਂ ਇਹਨਾਂ ਨੂੰ ਮੋਨੇ ਕਹਿ ਕੇ ਨਕਾਰੀਏ ਤਾਂ ਸਾਡੀ ਗਲਤੀ ਹੈ, ਨਕਾਰਨਾ ਨਹੀਂ। ਇਹ ਸਾਡੇ ਤੋਂ ਅੱਗੇ ਹਨ, ਸੇਵਾ ਗੁਰਦੁਆਰਿਆਂ 'ਚ ਕਰਦੇ ਨੇ, ਲੰਗਰਾਂ ਦੀ ਸੇਵਾ ਕਰਦੇ ਨੇ, ਆਪਣੀ ਕਿਰਤ ਕਮਾਈ ਕਰਕੇ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਨੇ। ਪਰ ਇਹਨਾਂ ਨੂੰ ਪ੍ਰੇਰਣਾ ਦੇਣੀ ਤਾਂ ਸਾਡੀ ਡਿਊਟੀ ਹੈ ਨਾ ਕਿ ਇਹ ਮੁੜ ਕੇ ਫਿਰ ਮਹਾਰਾਜ ਦਾ ਰੂਪ ਧਾਰਨ ਕਰ ਲੈਣ। ਸੋ ਪਿਆਰਿਓ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਕਹਿ ਰਹੇ ਨੇ ਭਾਈ ਕੇਸ ਤੋਂ ਹੀਣਾ ਪਾਈਆ ਹੈ, ਕੇਸਾਂ ਦੇ ਸਮੇਤ ਅੱਧਾ ਸੇਰ ਬਣ ਗਿਆ। ਜੇ ਸ਼ਸਤਰ ਪਾ ਲਏ ਪੂਰੇ ਫਿਰ ਪੂਰਾ ਸੇਰ ਹੋ ਗਿਆ। ਹਾਂਜੀ, ਦਰਸ਼ਨ ਪਰਸਤ ਆਯੁਧ ਧਰ ਧਰ, ਸਿੰਘ ਮਹਾਰਾਜ ਦਾ ਬਚਨ ਮੰਨ ਕਰਕੇ ਆਉਂਦੇ ਨੇ, ਸ਼ਸਤਰ ਸਜਾ ਸਜਾ ਕੇ ਦਰਬਾਰ ਵਿੱਚ ਬੈਠਦੇ ਨੇ। ਸਿੰਘ ਰੂਪ ਸ਼ਸਤਰਨ ਜੁਤ ਹੀਰ, ਮਹਾਰਾਜ ਦਾ ਖਾਲਸੇ ਦਾ ਰੂਪ ਸ਼ਸਤਰਾਂ ਨਾਲ ਹੀ ਸੋਭਦਾ ਹੈ। ਸਿੰਘ ਸ਼ੇਰ ਸ਼ਸਤਰਾਂ ਨਾਲ ਹੀ ਚੰਗੇ ਲੱਗਦੇ ਹਨ। ਜਦੋਂ ਸਿੰਘਾਂ ਦੇ ਹੱਥ ਵਿੱਚ ਬੰਦੂਕਾਂ ਹੋਣ, ਤਲਵਾਰਾਂ ਹੋਣ, ਬਰਛੇ ਹੋਣ, ਪੂਰਾ ਬੱਬਰ ਸ਼ੇਰ ਦਾ ਰੂਪ ਪੈਂਦਾ ਹੈ। ਹਾਂਜੀ, ਹੋਤ ਗੁਰੂ ਕੀ ਖੁਸ਼ੀ ਵਡੇਰਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬੜੀ ਭਾਰੀ ਖੁਸ਼ੀ ਹੋ ਰਹੀ ਹੈ। ਕਮਰ ਕਸੇ ਬਿਨ ਜੋ ਸਿੱਖ ਜਾਏ, ਜਿਹੜਾ ਕੋਈ ਕਮਰ ਕਸੇ ਤੋਂ ਬਿਨਾਂ ਗੁਰੂ ਸਾਹਿਬ ਕੋਲ ਜਾਂਦਾ ਹੈ ਢਿੱਲਾ ਮੱਠਾ ਸਿੱਖ, ਇਸ ਪਰ ਰੁੱਖ ਨਹਿ ਕਰੈ ਕਦਾਏ, ਉਹਦੇ ਤੇ ਮਹਾਰਾਜ ਖੁਸ਼ ਨਹੀਂ ਹੁੰਦੇ, ਪ੍ਰਸੰਨ ਨਹੀਂ ਹੁੰਦੇ। ਇੱਕ ਦਿਨ ਲਾਗੋ ਹੁਤੋ ਦੀਵਾਨ, ਇੱਕ ਦਿਨ ਦਾ ਬਚਨ ਹੈ। ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ ਸੀ। ਤਿਆਰ ਪਰ ਤਿਆਰ ਸਿੰਘ ਕਮਰ ਕਸੇ ਸਜਾ ਕੇ ਸ਼ਸਤਰਾਂ ਬਸਤਰਾਂ ਨਾਲ ਸਜੇ ਬੈਠੇ ਸਨ। ਬੈਠੇ ਗੁਰੂ ਸੁਹਾਏ ਮਹਾਨ, ਮਹਾਰਾਜ ਦਸਵੇਂ ਪਾਤਸ਼ਾਹ ਵੀਰ ਰਸ ਦੀ ਮੂਰਤੀ ਦਰਬਾਰ ਦੇ ਵਿੱਚ ਬੈਠੇ ਸੰਗਤਾਂ ਨੂੰ ਖਾਲਸੇ ਨੂੰ ਦਰਸ਼ਨ ਦੇ ਰਹੇ ਸਨ। ਦੌੜ ਸਿੱਖ ਇੱਕ ਚੱਲ ਕਰ ਆਇਓ, ਇਹਨੇ ਨੂੰ ਇੱਕ ਸਿੱਖ ਦੌੜਦਾ ਦੌੜਦਾ ਆਇਆ, ਮਹਾਰਾਜ ਨੂੰ ਆ ਕੇ ਉਸਨੇ ਮੱਥਾ ਟੇਕਿਆ। ਲੁੱਟੀ ਸੰਗਤ ਜੰਗ ਬਤਾਇਓ, ਫਟਾਫਟ ਕਹਿਣ ਲੱਗਾ ਕਾਲੀ ਕਾਲੀ, ਹੇ ਗੁਰੂ ਜੀ ਤੁਹਾਡੀ ਸੰਗਤ, ਗੁਰੂ ਕੀ ਸੰਗਤ ਤੁਹਾਡੇ ਨਗਰ ਆਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਆ ਰਹੀ ਸੀ, ਰਸਤੇ ਵਿੱਚ ਰੰਗੜਾ ਨੇ ਲੁੱਟ ਲਈ ਹੈ। ਮਹਾਰਾਜ ਰਾਵਰ ਕੇ ਨੇੜੇ, ਹੇ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ, ਨਾਮ ਗ੍ਰਾਮ ਕੋ ਨੋਹੇ ਕਹਿ ਹੇਰੇ, ਇੱਕ ਨੂੰਹ ਪਿੰਡ ਹੈ, ਨੂੰਹ ਇਹ ਨੂੰਹ ਪਿੰਡ ਜਿਹੜਾ ਰੰਗੜਾ ਦਾ ਪਿੰਡ ਹੈ,
ਸਹਿ ਸੰਗਤ ਕੁਛ ਉਤਰੀ ਆਏ। ਅਨੰਦਪੁਰ ਸਾਹਿਬ ਤੋਂ ਨੇੜੇ ਨੂੰ ਪਿੰਡ ਹੈ ਸਾਧ ਸੰਗਤ ਦੀ, ਉੱਥੇ ਕੁਝ ਸੰਗਤ ਗੁਰੂ ਕੇ ਪ੍ਰੇਮ ਵਾਲੀ ਅਨੰਦਪੁਰ ਸਾਹਿਬ ਆਉਣ ਲਈ ਉਤਰੀ ਸੀ। ਮੰਦ ਮਤੀ ਨਰ ਹੋਇਆ ਸਮੁਦਾਇ, ਉਥੋਂ ਦੇ ਜਿਹੜੇ ਰੰਗੜ ਸਨ ਬੜੇ ਮੰਦ ਮਤੀਏ, ਗੁੱਜਰ ਤੇ ਰੰਗੜ ਇਸ ਇਲਾਕੇ ਚ ਬਹੁਤ ਹਨ। ਹਾਂਜੀ, ਲੂਟਨ ਹੇਤ ਆਨ ਸੋ ਪਰੇ, ਉਹਨਾਂ ਰੰਗੜਾਂ ਨੇ ਗੁਜਰਾਂ ਨੇ ਸਲਾਹ ਕੀਤੀ ਵੀ ਸੰਗਤ ਕੋਲ ਬੜਾ ਮਾਲ ਹੈ, ਆਪਾਂ ਸੰਗਤ ਨੂੰ ਲੁੱਟ ਲਈਏ। ਉਹ ਜਿਹੜੇ ਰੰਗੜ ਸਨ ਗੁਰੂ ਕੀ ਸੰਗਤ ਨੂੰ ਲੁੱਟਣ ਆ ਪਏ ਹਨ। ਜਿਨਹੋ ਸ਼ਸਤਰ ਤਿਨਕੇ ਸੰਗ ਕਰੇ, ਮਹਾਰਾਜ ਜਿਹਨਾਂ ਦੇ ਸ਼ਸਤਰ ਫੜੇ ਹੋਏ ਸਨ, ਬਰਛੇ ਫੜੇ ਹੋਏ ਸਨ, ਹਥਿਆਰ ਫੜੇ ਹੋਏ ਸਨ, ਸੋ ਬਚ ਰਹੇ ਵੀਰ ਪਰ ਹੋਇਆ ਕੈ, ਉਹਨਾਂ ਸਿੱਖਾਂ ਦੇ ਨੇੜੇ ਤਾਂ ਨਹੀਂ ਆਏ ਜਿਨ੍ਹਾਂ ਦੇ ਕੋਲ ਬਰਛਾ ਜਾਂ ਤਲਵਾਰ ਜਾਂ ਕੋਈ ਹਥਿਆਰ ਸੀ, ਉਹਨਾਂ ਨੂੰ ਤਾਂ ਨਹੀਂ ਲੁੱਟਿਆ, ਪਰ ਜਿਹੜੇ ਖਾਲੀ ਹੱਥ ਸਨ ਉਹਨਾਂ ਨੂੰ ਉਹ ਲੁੱਟ ਕੇ ਲੈ ਗਏ, ਖੋਹ ਕੇ ਲੈ ਗਏ ਸਾਰਾ ਸਮਾਨ। ਆਖਰ ਗਰੀਬ ਲੁੱਟੇ ਥਿਰ ਹੋਇਆ ਕੈ, ਜਿਹੜੇ ਗਰੀਬ ਨਿੱਥੇ ਸਨ ਜਿਨ੍ਹਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ, ਉਹਨਾਂ ਦੇ ਕੋਲੋਂ ਗੁਰੂ ਕੀ ਸੰਗਤ ਦੇ ਕੋਲੋਂ ਉਹ ਰੰਗੜ ਬੜਾ ਕੁਝ ਲੁੱਟ ਕੇ ਖੋਹ ਕੇ ਲੈ ਗਏ ਨੇ। ਚਲੇ ਸਦਨ ਤੇ ਲਿਆਏ ਉਪਾਏ ਨੇ, ਹੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੰਘਰ ਤੋਂ ਚੱਲੇ ਸਦਨ ਤੇ, ਜਦੋਂ ਘਰ ਤੋਂ ਚੱਲੇ ਸਨ ਸਿੱਖ ਤੇ ਬੜੀਆਂ ਭੇਟਾਂ ਲੈ ਕੇ ਤੁਰੇ ਸਨ ਵੀ ਅਨੰਦਪੁਰ ਸਾਹਿਬ ਗੁਰੂ ਜੀ ਨੂੰ ਭੇਟਾਂ ਕਰਾਂਗੇ, ਕੋਈ ਵਧੀਆ ਕੱਪੜਾ ਲੈ ਕੇ ਤੁਰਿਆ ਕਰੋ, ਕੋਈ ਮਾਇਆ ਲੈ ਕੇ ਤੁਰਿਆ, ਕੋਈ ਰਸਤ ਪਾਣੀ ਲੰਗਰ ਵਾਸਤੇ, ਕੋਈ ਸੋਨੇ ਚਾਂਦੀ ਦੇ ਗਹਿਣੇ, ਜੋ ਜੋ ਸਿੱਖਾਂ ਕੋਲ ਸੀ ਸ਼ਰਧਾ ਨਾਲ ਵਧੀਆ ਵਧੀਆ ਉਪਹਾਰ, ਵਧੀਆ ਵਧੀਆ ਤੋਹਫੇ ਗਿਫਟ ਲੈ ਕੇ ਹਜ਼ੂਰ ਦੇ ਚਰਨਾਂ ਵਿੱਚ ਭੇਟਾਂ ਕਰਨ ਲਈ ਨਜ਼ਰਾਨੇ ਲੈ ਕੇ ਆਏ। ਭਈ ਨਾ ਅਰਪਣ ਸੋ ਗੁਰ ਪਾਇਨ, ਪਰ ਮਹਾਰਾਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ, ਆਪ ਜੀ ਦੀਆਂ ਸੰਗਤਾਂ ਦੀਆਂ ਉਹ ਪ੍ਰੇਮ ਭੇਟਾਵਾਂ ਆਪ ਜੀ ਦੇ ਚਰਨਾਂ ਚ ਪਹੁੰਚ ਨਹੀਂ ਸਕੀਆਂ, ਜਾਲਮਾਂ ਨੇ ਰੰਗੜਾਂ ਨੇ ਰਸਤੇ ਚ ਖੋਹ ਲਈਆਂ ਨੇ। ਸੁਣ ਕਰ ਗੁਰ ਉਰ ਧਰ ਕਰ ਕਰੋਧਾ, ਸ੍ਰੀ ਕਲਗੀ ਧਰ ਮਹਾਰਾਜ ਉਸ ਸਿੱਖ ਦੀ ਇਹ ਦਰਦ ਭਰੀ ਅਰਦਾਸ ਸੁਣ ਕੇ ਵੀਰ ਰਸ ਵਿੱਚ ਆ ਗਏ। ਕਹਿਓ ਬਨੋ ਅਬ ਸਭ ਸਿੱਖ ਯੋਧਾ, ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਕਹਿੰਦੇ ਕੀ ਆ, ਤੁਹਾਨੂੰ ਬਾਰ ਬਾਰ ਕਹਿੰਦੇ ਆ ਵੀ ਯੋਧੇ ਬਣੋ, ਤੁਹਾਨੂੰ ਬਾਰ ਬਾਰ ਕਹਿੰਦੇ ਆ ਸ਼ਸਤਰ ਸਜਾਓ, ਕਮਰ ਕਸਾ ਕਰੋ, ਢਾਲ ਤਲਵਾਰ ਬਰਛਾ ਬੰਦੂਕ ਹਥਿਆਰ ਰੱਖੋ, ਤੁਸੀਂ ਸਾਡੀ ਗੱਲ ਨੂੰ ਐਵੇਂ ਹੀ ਸਮਝਦੇ ਹੋ, ਜਿਹੜਾ ਸਾਡੀ ਗੱਲ ਮੰਨੇਗਾ ਸ਼ਸਤਰ ਰੱਖੇਗਾ ਉਹਨੂੰ ਕੋਈ ਖਤਰਾ ਨਹੀਂ, ਜਿਹੜਾ ਸ਼ਸਤਰਾਂ ਤੋਂ ਹੀਣਾ ਹੋਵੇਗਾ ਉਹਨੂੰ ਏਦਾਂ ਹੀ ਮਾਰ ਪਵੇਗੀ। ਹਿੰਦੂ ਤੁਰਕ ਆਂਖ ਤ੍ਰਿਣ ਪਰੇ, ਇਹ ਖਾਲਸਾ ਜਿਹੜਾ ਸਾਜਿਆ ਨਾ ਅਸੀਂ ਸ਼ਸਤਰ ਧਾਰੀ, ਇਹ ਨਾ ਹਿੰਦੂਆਂ ਨੂੰ ਚੰਗਾ ਲੱਗਦਾ ਨਾ ਤੁਰਕਾਂ ਨੂੰ, ਹਿੰਦੂਆਂ ਤੇ ਤੁਰਕਾਂ ਦੀ ਅੱਖ ਚ ਤਿਣਕੇ ਦੀ ਤਰ੍ਹਾਂ ਰੜਕਦਾ ਸਾਡਾ ਖਾਲਸਾ। ਨਹਿ ਨਿਗ੍ਰਹਿ ਅਬ ਜੋ ਦੁੱਖ ਭਰੇ, ਇਹ ਹੁਣ ਨਿਕਲਣਾ ਕੋਈ ਨੀ, ਇਹ ਰਹਿੰਦੀ ਦੁਨੀਆਂ ਤੱਕ ਰੜਕਦਾ ਹੀ ਰਹਿਣਾ। ਮਹਾਰਾਜ ਕਹਿੰਦੇ ਇਹ ਪੰਥ ਤੀਸਰਾ ਹੈ, ਇਹ ਦੋਹੋਂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਇਹ ਤੀਸਰਾ ਪੰਥ ਸਾਜਿਆ ਗਿਆ ਸਾਡੇ ਕੋਲੋਂ ਅਕਾਲ ਪੁਰਖ ਦੀ ਆਗਿਆ ਨਾਲ, ਇਹਨੇ ਹੁਣ ਸਦਾ ਹੀ ਹਿੰਦੂਆਂ ਦੇ ਤੁਰਕਾਂ ਦੀਆਂ ਅੱਖਾਂ ਵਿੱਚ ਰੜਕਦੇ ਰਹਿਣਾ ਹੈ। ਇਹ ਬਦਲਾ ਹਮ ਤਿੰਨ ਸਨ ਲੈ ਹੈ, ਇਹ ਸਾਡੇ ਸਿੱਖਾਂ ਨੂੰ ਤਾਂ ਹੀ ਲੁੱਟਦੇ ਨੇ, ਤਾਂ ਹੀ ਤੰਗ ਕਰਦੇ ਨੇ ਕਿ ਅਸੀਂ ਇਹਨਾਂ ਨੂੰ ਚੰਗੇ ਨਹੀਂ ਲੱਗਦੇ, ਨਾ ਹਿੰਦੂਆਂ ਨੂੰ ਨਾ ਮੁਸਲਮਾਨਾਂ ਨੂੰ, ਇਹ ਸਾਡੀਆਂ ਸੰਗਤਾਂ ਨੂੰ ਲੁੱਟ ਕੇ ਸਾਨੂੰ ਪਰੇਸ਼ਾਨ ਕਰਨਾ ਚਾਹੁੰਦੇ ਨੇ,
ਸੰਗਤ ਨੂੰ ਦੁੱਖ ਦੇਣਾ ਚਾਹੁੰਦੇ ਨੇ, ਗੁਰੂ ਪੰਥ ਨੂੰ ਖਤਮ ਕਰਨਾ ਚਾਹੁੰਦੇ ਨੇ। ਮਹਾਰਾਜ ਕਹਿੰਦੇ ਅਸੀਂ ਇਹਨਾਂ ਦੇ ਨਾਲ ਹੁਣ ਦੋ ਦੋ ਹੱਥ ਕਰਾਂਗੇ। ਮੂਢਨ ਕੋ ਸਜ਼ਾਏ ਦ੍ਰਿੜ ਦੈ ਹੈ, ਉਹ ਮੂਰਖਾਂ ਨੂੰ ਸਜ਼ਾ ਵੀ ਦਿਆਂਗੇ, ਕਿਉਂਕਿ ਜਿਹੜੇ ਲੁਟੇਰੇ ਬਣ ਕੇ ਗੁਰੂ ਕੀ ਸੰਗਤ ਨੂੰ ਹੱਥ ਲੁੱਟਣਗੇ, ਅਸੀਂ ਉਹਨਾਂ ਨੂੰ ਲੁੱਟਾਂਗੇ। ਹੁਣ ਹੁਕਮ ਦਿੱਤਾ ਖਾਲਸੇ ਨੂੰ, ਤਿਆਰ ਬਰ ਤਿਆਰ ਹੋ ਜਾਓ, ਪਾਓ ਘੋੜਿਆਂ ਤੇ ਕਾਠੀਆਂ, ਨਗਾਰਿਆਂ ਤੇ ਚੋਭਾਂ ਤੇ ਚੱਲ ਪਾਈਏ। ਸੰਗਤ ਦੁਖੀ ਹੋਏ ਘਰ ਆਈ, ਮਹਾਰਾਜ ਕਹਿੰਦੇ ਸਾਡੀ ਸੰਗਤ ਨੂੰ ਦੁੱਖ ਦੇਣ ਵਾਲੇ ਕਿਵੇਂ ਜਿਉਂਦੇ ਰਹਿ ਸਕਦੇ? ਸਾਡੀ ਸੰਗਤ ਦੁਖੀ ਹੋ ਕੇ ਸਾਡੇ ਕੋਲ ਆਈ ਹੈ। ਦੇ ਧੀਰਜ ਗੁਰ ਨਿਕਟ ਟਿਕਾਈ, ਸੰਗਤ ਵਿਚਾਰੀ ਰੋਂਦੀ ਪਿੱਟਦੀ ਆਈ, ਕੋਈ ਬੀਬੀਆਂ ਸਨ, ਕੋਈ ਬੱਚੇ ਸਨ, ਕੋਈ ਬੁੱਢੇ ਸਨ, ਅਨੰਦਪੁਰ ਸਾਹਿਬ ਮੱਥਾ ਟੇਕਣ ਆ ਰਹੇ, ਰਸਤੇ 'ਚ ਲੁੱਟੇ ਗਏ, ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਰੋਣ ਲੱਗ ਪਏ। ਕਹਿੰਦੇ ਮਹਾਰਾਜ ਅਸੀਂ ਬੜੇ ਤੰਗ ਹੋ ਕੇ ਦੂਰੋਂ ਚੱਲ ਕੇ ਆਏ ਸਾਂ, ਦਰਸ਼ਨ ਕਰਾਂਗੇ, ਪਰ ਅਨੰਦਪੁਰ ਸਾਹਿਬ ਦੇ ਨੇੜੇ ਆ ਕੇ ਅਸੀਂ ਲੁੱਟੇ ਗਏ ਹਾਂ। ਇਹ ਸੁਣ ਕੇ ਗੁਰੂ ਸਾਹਿਬ ਕਹਿਣ ਲੱਗੇ, ਤੁਸੀਂ ਲੰਗਰ ਪ੍ਰਸ਼ਾਦਾ ਛਕੋ, ਆਰਾਮ ਕਰੋ, ਸ਼ਾਮ ਤੱਕ ਜੋ ਕੁਝ ਤੁਹਾਡਾ ਮਾਲ ਮੱਤਾ ਲੁੱਟਿਆ ਅਸੀਂ ਵਾਪਸ ਕਰਾ ਦਿਆਂਗੇ। ਹਾਂਜੀ, ਅਗਲੇ ਦਿਵਸ ਅਖੀਰ ਬਹਾਨੇ, ਸੋ ਸਾਧ ਸੰਗਤ ਜੀ, ਅਗਲੇ ਦਿਨ ਮਹਾਰਾਜ ਨੇ ਸਾਰੀ ਫੌਜ ਨੂੰ ਸ਼ਿਕਾਰ ਦੇ ਬਹਾਨੇ ਚਾਲੇ ਪਵਾ ਦਿੱਤੇ। ਸਿੰਘ ਨਾਲ ਮਹਾਰਾਜ ਦੇ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਕਲਗੀਧਰ ਪਾਤਸ਼ਾਹ ਜੀ ਜੰਗਲਾਂ ਵਿੱਚ ਸ਼ਿਕਾਰ ਖੇਡਣ ਨੂੰ ਫੌਜਾਂ ਚੜੀਆਂ ਹਨ। ਕਲਗੀਧਰ ਦਿਸ ਔਰ ਪਿਆਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਘੋੜੇ ਤੇ ਸਵਾਰ ਹੋਏ। ਸਿੰਘਾਂ ਦਾ ਦਲ, ਭਾਈ ਉਦੇ ਸਿੰਘ, ਭਾਈ ਆਲਮ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਦਇਆ ਸਿੰਘ, ਸਾਰੇ ਮੁਖੀ ਮੁਖੀ ਸਿੰਘਾਂ ਨੂੰ ਨਾਲ ਲੈ ਕੇ ਮਹਾਰਾਜ ਨੂੰ ਪਿੰਡ ਵਾਲੇ ਪਾਸੇ ਸ਼ਿਕਾਰ ਨੂੰ ਚੜੇ ਹਨ। ਬੱਜਤ ਅਗਰ ਰਣਜੀਤ ਨਗਾਰਾ, ਅੱਗੇ ਅੱਗੇ ਰਣਜੀਤ ਨਗਾਰਾ ਵੱਜਦਾ ਜਾਂਦਾ ਹੈ। ਰਣਜੀਤ ਨਗਾਰੇ ਦੀਆਂ ਗੂੰਜਾਂ ਨਾਲ ਬਾਈ ਧਾਰ ਦੀਆਂ ਪਹਾੜੀਆਂ ਥਰ ਥਰ ਕੰਬਦੀਆਂ ਹਨ। ਕੰਪਤ ਛਤਰ ਸ਼ਬਦ ਸੁਣ ਭਾਰਾ, ਔਰ ਨਗਾਰੇ ਦੀ ਗਰਜਨਾ ਸੁਣ ਕੇ ਕਾਇਰਾਂ ਦੇ ਦਿਲ ਵੀ, ਦੁਸ਼ਮਣਾਂ ਦੇ ਵੈਰੀਆਂ ਦੇ ਦਿਲ ਵੀ ਧੜਕੋਂ ਧੜਕੋਂ ਕਰਦੇ ਹਨ। ਕਿਤੇ ਚਮੂ ਤਬ ਗੁਰ ਕੇ ਸੰਗ, ਉਸ ਵੇਲੇ ਕੁਝ ਫੌਜ ਮਹਾਰਾਜ ਆਪਣੇ ਨਾਲ ਲੈ ਗਏ, ਸਾਰੀ ਫੌਜ ਤਾਂ ਨਹੀਂ ਲੈ ਕੇ ਗਏ, ਥੋੜੀ ਜਿਹੀ ਚੋਣਵੀਂ ਫੌਜ ਸਿੰਘਾਂ ਦੀ ਲੈ ਕੇ। ਜਾਤ ਕੁਦਾਏ ਪਲਾਏ ਤੁਰੰਗ, ਘੋੜਿਆਂ ਦੇ ਸਿੰਘ ਸਵਾਰ ਤੇ ਘੋੜੇ ਨੱਚਦੇ ਮੋਰਾਂ ਦੀ ਤਰ੍ਹਾਂ ਪਹਿਲਾਂ ਪਾਉਂਦੇ ਹੋਏ ਸ਼ਿਕਾਰ ਨੂੰ ਚੜੇ ਜਾ ਰਹੇ ਨੇ। ਜਾਬ ਨੋਹੇ ਗ੍ਰਾਮ ਨਿਕਟ ਚੱਲ ਗਏ, ਏਦਾਂ ਮਹਾਰਾਜ ਸ਼ਿਕਾਰ ਖੇਡਦੇ ਖੇਡਦੇ ਜਦੋਂ ਨੂਹ ਪਿੰਡ ਦੇ ਲਾਗੇ ਜਾ ਪਹੁੰਚੇ, ਚਹੋ ਦਿਸ ਮੈਂ ਫਿਰ ਸਭ ਪਿਖ ਲਏ, ਪਿੰਡ ਦੇ ਆਲੇ ਦੁਆਲੇ ਫਟਾਫਟ ਗੇੜਾ ਕੱਟ ਕੇ ਪਿੰਡ ਦਾ ਚੁਗਿਰਦਾ ਤੱਕ ਲਿਆ, ਪੂਰਾ ਮੋਰਚੇ ਬੰਦੀ ਸਤਿਗੁਰਾਂ ਨੇ ਵੇਖ ਲਿਆ ਪੈਂਤੜਾ ਜੰਗ ਦਾ। ਹੁਕਮ ਖਾਲਸੇ ਕੋ ਗੁਰਦੀਨ, ਫਿਰ ਖਾਲਸੇ ਨੂੰ ਹੁਕਮ ਦਿੱਤਾ ਮਹਾਰਾਜ ਜੀ ਨੇ, ਹੱਥ ਦੁਸ਼ਟਨ ਦੇਹੋ ਵਸਤੂ ਸ਼ੀਨ, ਮਹਾਰਾਜ ਕਹਿੰਦੇ ਖਾਲਸਾ ਜੀ ਹੱਲਾ ਮਾਰੋ, ਹੁਣ ਕਰੋ ਹੱਲਾ, ਇਹਨਾਂ ਦੁਸ਼ਟਾਂ ਨੂੰ ਸੋਧਾ ਲਾ ਕੇ, ਜਿਹੜੀਆਂ ਗੁਰੂ ਕੀ ਸੰਗਤ ਇਹਨਾਂ ਨੇ ਵਸਤੂਆਂ ਖੋਹੀਆਂ ਨੇ, ਕਿਸੇ ਸਿੱਖ ਦੇ ਕੋਲ ਕੋਈ ਚੰਗਾ ਕੱਪੜਾ ਸੀ ਉਹ ਖੋਹ ਲਿਆ, ਕਿਸੇ ਧੀ ਭੈਣ ਦੇ ਕੋਲ ਕੋਈ ਗਹਿਣਾ ਸੀ ਉਹ ਖੋਹ ਕੇ ਲੈ ਗਏ, ਜੇ ਕਿਸੇ ਸਿੱਖ ਦੇ ਕੋਲ ਕੋਈ ਘੋੜਾ ਸੀ ਉਹ ਲੈ ਗਏ ਖੋਹ ਕੇ, ਜਿੰਨਾ ਸਮਾਨ ਇਹ ਸਾਡਾ ਖੋਹ ਕੇ ਲੈ ਗਏ ਨੇ ਉਹ ਸਾਰਾ ਖਾਲਸਾ ਜੀ ਇਹਨਾਂ ਕੋਲੋਂ ਵਾਪਸ ਕਰਾਈਏ। ਗੁੱਜਰ ਰੰਗੜ ਜੇ ਮਦ ਭਰੇ, ਜਿਹੜੇ ਹੰਕਾਰੀ ਗੁੱਜਰ ਤੇ ਰੰਗੜ ਇਹ ਜਿਹੜੇ ਅਨੰਦਪੁਰ ਸਾਹਿਬ ਦੇ ਇਲਾਕੇ ਨਾਲਾਗੜ੍ਹ ਰੋਪੜ ਤੋਂ ਉੱਪਰ ਨੈਣਾ ਦੇਵੀ ਤੱਕ ਨਾ ਤੇ ਸਾਧ ਸਿੰਘ ਜੀ ਊਨਾ ਨੰਗਲ ਇਹ ਸਾਰਾ ਇਲਾਕਾ ਹੈ ਨਾ, ਇੱਥੇ ਜਿਹੜੀ ਬਰਾਦਰੀਆਂ ਜ਼ਿਆਦਾ ਰਹਿੰਦੀਆਂ ਗੁੱਜਰ ਤੇ ਜਾਂ ਰੰਗੜ, ਜਦੋਂ ਅੰਬਾਲੇ ਆਏ
ਤਾਂ ਬਾਦਸ਼ਾਹੀ ਬਾਗ ਦੇ ਵਿੱਚ ਕਲਗੀਧਰ ਪਿਤਾ ਜੀ ਨੇ ਚਰਨ ਪਾਏ। ਉੱਥੇ ਅੰਬਾਲੇ ਸ਼ਹਿਰ ਦਾ ਜਿਹੜਾ ਵੱਡਾ ਕਾਜੀ ਸੀ ਅਮੀਰਦੀਨ, ਉਹ ਸ਼ਹਿਰ ਦੇ ਕਾਜੀ ਨੇ ਉੱਥੇ ਸ਼ਹਿਰ ਤੋਂ ਬਾਹਰ ਨਿਕਲ ਕੇ ਬਾਗ ਵਿੱਚ ਜਦੋਂ ਵੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ 8 ਸਾਲ ਦੀ ਉਮਰ ਦੇ ਨਾਲ ਫੌਜ ਸ਼ਿਕਾਰ ਖੇਡਣ ਨੂੰ ਮਹਾਰਾਜ ਨਿਕਲੇ ਸਨ, ਅਤੇ ਬਾਜ ਬੜਾ ਸੋਹਣਾ ਰੱਖਿਆ ਹੋਇਆ ਸੀ। ਬੜਾ ਸੋਹਣਾ ਚਿੱਟਾ ਬਾਜ ਵੇਖ ਕੇ ਕਾਜੀ ਦਾ ਮਨ ਬੇਈਮਾਨ ਹੋ ਗਿਆ। ਸ਼ਹਿਰ ਦਾ ਉਹ ਵੱਡਾ ਕਾਜੀ ਕਹਿਣ ਲੱਗਾ, ਗੁਰੂ ਜੀ ਆਪਣੇ ਬਾਜ ਨੂੰ ਮੇਰੇ ਬਾਜ ਨਾਲ ਮੁਕਾਬਲਾ ਕਰਾਓ। ਉਹਦਾ ਮਤਲਬ ਸੀ ਵੀ ਬਾਜ ਖੋਹ ਲਵਾਂਗਾ ਮੈਂ, ਇਹ ਛੋਟੀ ਉਮਰ ਦੇ ਹਨ, ਜਿਹਦਾ ਬਾਜ ਜਿੱਤ ਜਾਏਗਾ, ਜਿਹਦਾ ਹਾਰ ਗਿਆ ਹਾਰੇ ਨੂੰ ਆਪਣਾ ਬਾਜ ਦੇਣਾ ਪੈ ਜਾਂਦਾ, ਬਾਜ ਨੂੰ ਬਾਜ ਨਾਲ ਲੜਾਓ। ਕਲਗੀਧਰ ਪਾਤਸ਼ਾਹ ਉਹਦੀ ਗੱਲ ਸੁਣ ਕੇ, 8 ਸਾਲ ਦੇ ਸਨ ਉਦੋਂ ਮਹਾਰਾਜ, ਬੜਾ ਲਾਜਵਾਬ ਕਰਨ ਵਾਲਾ ਜਵਾਬ ਦਿੱਤਾ, ਕਹਿਣ ਲੱਗੇ ਕਾਜੀ ਬਾਜ ਨੂੰ ਬਾਜ ਨਾਲ ਲੜਾਇਆ ਤੇ ਕੀ ਲੜਾਇਆ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਬਾਜ ਵੀ ਤਾਕਤਵਰ ਹੈ, ਤੇਰਾ ਵੀ ਸਾਡਾ ਵੀ, ਬਾਜ ਤਾਂ ਲੜਦੇ ਹੀ ਰਹਿੰਦੇ ਆ, ਆਪਾਂ ਚਿੜੀਆਂ ਨਾਲ ਬਾਜ ਲੜਾਈਏ, ਤੂੰ ਸਾਡਾ ਬਾਜ ਅਸੀਂ ਛੱਡਦੇ ਹਾਂ ਤੇ ਤੂੰ ਆਪਣੀਆਂ ਚਿੜੀਆਂ ਛੱਡ। ਉਹ ਕਾਜੀ ਕਹਿੰਦਾ, ਮਹਾਰਾਜ ਮਜ਼ਾਕ ਕਰਦੇ ਹੋ, ਮੇਰੇ ਤੁਹਾਡਾ ਬਾਜ ਮੇਰੀਆਂ ਚਿੜੀਆਂ ਖਾ ਕੇ ਨਾਸ਼ਤਾ ਪਾਣੀ ਕਰਕੇ ਤੁਰ ਜਾਏਗਾ, ਤੇ ਤੁਸੀਂ ਆਪਣੇ ਬਾਜ ਦੀ ਖੁਰਾਕ ਭਾਲਦੇ ਹੋ ਫਰੀ ਵਿੱਚ। ਮਹਾਰਾਜ ਕਹਿੰਦੇ, ਫਿਰ ਇੱਦਾਂ ਕਰ ਲੈ, ਤੂੰ ਬਾਜ ਕੱਢ ਦੇ, ਅਸੀਂ ਚਿੜੀਆਂ ਭੇਜ ਦਿੰਦੇ ਹਾਂ। ਉਹ ਬੜਾ ਹੈਰਾਨ ਹੋਇਆ ਵੀ ਚਿੜੀਆਂ ਦਾ ਤੇ ਬਾਜ ਦਾ ਕੀ ਮੁਕਾਬਲਾ, ਚਿੜੀਆਂ ਤੇ ਬਾਜ ਦੀ ਖੁਰਾਕ ਹੁੰਦੀਆਂ। ਫਿਰ ਉਹ ਮੰਨ ਗਿਆ, ਕਹਿੰਦਾ ਦੇਖ ਲਓ। ਉੱਥੇ ਸਾਧ ਸੰਗਤ ਜੀ ਇੱਕ ਜਮੋਏ ਦਾ ਦਰਖਤ ਸੀ, ਹੁਣ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ 15-20 ਸਾਲ ਹੋ ਗਏ ਵੱਢ ਦਿੱਤਾ, ਪਰ ਅਸੀਂ ਦੇਖਿਆ ਬਹੁਤ ਵੱਡਾ ਪੁਰਾਤਨ ਦਰਖਤ ਸੀਗਾ, ਉਹਦੇ ਉੱਤੇ ਬੈਠੀਆਂ ਚਿੜੀਆਂ ਨੂੰ 10ਵੇਂ ਪਾਤਸ਼ਾਹ ਨੇ ਨਜ਼ਰੇ ਰਹਿਮਤ ਨਾਲ ਤੱਕਿਆ। ਜਦੋਂ ਮਿਹਰ ਦੀ ਨਿਗਾਹ ਕੀਤੀ ਤੇ ਚਿੜੀਆਂ ਜਿੰਨਾ ਬਲ ਆ ਗਿਆ, ਦੋਵੇਂ ਚਿੜੀਆਂ ਉੱਡ ਕੇ ਬਾਜ ਨੂੰ ਪੈ ਗਈਆਂ, ਮਾਰ ਮਾਰ ਕੇ ਉਹਨਾਂ ਨੇ ਚੁੰਝਾਂ ਬਾਜ ਅੰਨਾ ਕਰ ਦਿੱਤਾ, ਤੇ ਉੱਥੋਂ 1 ਕਿਲੋਮੀਟਰ ਦੂਰੀ ਤੇ ਲੱਭੂ ਵਾਲਾ ਤਲਾਬ ਪੁਰਾਤਨ ਜਗ੍ਹਾ ਹੈ, ਉੱਥੇ ਪਹੁੰਚ ਕੇ ਬਾਜ ਦੀ ਬੋਟੀ ਬੋਟੀ ਵੱਖਰੀ ਕਰ ਦਿੱਤੀ। ਕਲਗੀਧਰ ਪਾਤਸ਼ਾਹ ਤੇ ਕਾਜੀ ਅਤੇ ਸ਼ਹਿਰ ਦੇ ਸਾਰੇ ਲੋਕ ਉੱਥੇ ਪਹੁੰਚੇ। ਜਦੋਂ ਉੱਥੇ ਪਹੁੰਚੇ ਤੇ ਸਾਧ ਸੰਗਤ ਜੀ ਸਾਰਿਆਂ ਨੇ ਵੇਖਿਆ ਬਾਜ ਦੀਆਂ ਹੱਡੀਆਂ, ਬਾਜ ਦੇ ਖੰਭ ਖਿਲਰੇ ਪਏ ਤੇ ਮਰਿਆ ਪਿਆ, ਚਿੜੀਆਂ ਕੋਲ ਬੈਠੀਆਂ ਨੇ। ਹਜ਼ੂਰ ਨੇ ਉੱਥੇ ਬਚਨ ਕੀਤਾ, ਚਿੜੀਆਂ ਸੇ ਮੈਂ ਬਾਜ ਤੁੜਾਊਂ, ਗਿੱਦੜੋ ਸੇ ਮੈਂ ਸ਼ੇਰ ਬਣਾਊਂ, 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਸੋ ਜਿਹੜਾ ਬਚਨ ਮਹਾਰਾਜ ਨੇ ਕਿਹਾ ਉਹ ਕਰਕੇ ਵਿਖਾਇਆ। ਹੁਣ ਗਿੱਦੜਾਂ ਤੋਂ ਸ਼ੇਰ ਵੀ ਬਣਾ ਦਿੱਤੇ ਸਿੰਘ, ਤੇ ਸ਼ਸਤਰਾਂ ਦਾ ਹੁਕਮ ਦਿੱਤਾ, ਕੋਈ ਵੀ ਸਿੱਖ ਬਿਨਾਂ ਸ਼ਸਤਰਾਂ ਦੇ ਨਾ ਰਵੇ, ਜਦੋਂ ਸਾਡੇ ਦਰਬਾਰ ਵਿੱਚ ਆਵੇ ਸ਼ਸਤਰ ਸਜਾ ਕੇ ਆਵੇ। ਸਿੰਘ ਬਰਛਾ ਢਾਲ ਤਲਵਾਰ ਬੰਦੂਕ ਚੱਕਰ ਬੇਅੰਤ ਸ਼ਸਤਰਾਂ ਨਾਲ ਸਜੇ ਰਹਿਣ ਲੱਗੇ ਹਨ, ਤੇ ਜਿਹੜੀ ਸੰਗਤ ਆਉਂਦੀ ਹੈ ਮਹਾਰਾਜ ਉਹਨਾਂ ਨੂੰ ਸ਼ਸਤਰਾਂ ਦਾ ਸਬਕ ਸਿਖਾਉਂਦੇ ਵੀ ਸ਼ਸਤਰ ਰੱਖੋ। ਸੰਗਤਾਂ ਦਾ ਇੱਕ ਜਥਾ ਆ ਰਿਹਾ ਸੀ,
ਬਹੁਤ ਸੋਹਣੀਆਂ ਸੁੰਦਰ ਭੇਟਾਵਾਂ ਗੁਰੂ ਸਾਹਿਬ ਜੀ ਵਾਸਤੇ ਲੈ ਕੇ ਕਿਸੇ ਦੂਰ ਦੇਸ਼ ਤੋਂ ਸੰਗਤਾਂ ਆਈਆਂ। ਰਸਤੇ 'ਚ ਨੂੰਹ ਪਿੰਡ ਪੈਂਦਾ ਹੈ, ਨੂੰਹ ਪਿੰਡ ਦੇ ਗੁੱਜਰਾਂ ਨੇ ਰੰਗੜਾਂ ਨੇ ਉਹ ਸੰਗਤ ਨੂੰ ਲੁੱਟ ਲਿਆ। ਸੰਗਤ ਕੋਲੋਂ ਉਹ ਵਸਤੂਆਂ ਖੋਹ ਲਈਆਂ ਜਿਹੜੀਆਂ ਸੰਗਤ ਗੁਰੂ ਮਹਾਰਾਜ ਵਾਸਤੇ ਲੈ ਕੇ ਆਈ ਸੀ। ਸੰਗਤ ਰੋਂਦੀ ਕੁਰਲਾਂਦੀ ਗੁਰੂ ਸਾਹਿਬ ਕੋਲ ਆਈ, ਬੇਨਤੀ ਕੀਤੀ, ਗਰੀਬ ਨਿਵਾਜ, ਸਾਨੂੰ ਰੰਗੜਾਂ ਨੇ ਲੁੱਟ ਲਿਆ ਹੈ। ਮਹਾਰਾਜ ਕਹਿੰਦੇ, ਭਾਈ ਲੁੱਟਿਆ ਤਾਂ ਹੈ, ਤੁਸੀਂ ਸ਼ਸਤਰ ਨਹੀਂ ਰੱਖਦੇ, ਤੁਸੀਂ ਸਾਡਾ ਹੁਕਮ ਮੰਨੋ, ਇੱਕ ਤਾਂ ਦਾੜੀ ਕੇਸ ਸਾਬਤ ਰੱਖੋ ਅਤੇ ਇੱਕ ਸ਼ਸਤਰ ਰੱਖੋ। ਸ਼ਸਤਰਾਂ ਤਾਂ ਕੇਸਾਂ ਦੇ ਨਾਲ ਤੁਸੀਂ ਸਰਦਾਰ ਬਣ ਜਾਓਗੇ, ਰਾਜੇ ਮਹਾਰਾਜੇ ਵੀ ਤੁਹਾਥੋਂ ਡਰਿਆ ਕਰਨਗੇ। ਜੇ ਸ਼ਸਤਰਾਂ ਦੇ ਕੇਸਾਂ ਤੋਂ ਬਿਨਾਂ ਰਵੋਗੇ, ਬਿਨਾਂ ਸ਼ਸਤਰ ਕੇਸੰਗ ਨਰਿੰਗ ਭੇਡ ਜਾਨੋ। ਕੇਸਾਂ ਤੋਂ ਸ਼ਸਤਰਾਂ ਤੋਂ ਬਿਨਾਂ ਬੰਦਾ ਭੇਡ ਦੀ ਨਿਆਈ ਹੁੰਦਾ ਹੈ। ਗਹਿ ਕਾਨ ਤਾਕੇ ਕਿਤੇ ਲੈ ਸਿਧਾਨੋ, ਕੰਨ ਤੋਂ ਫੜ ਕੇ ਜਿੱਥੇ ਮਰਜ਼ੀ ਲੈ ਜਾਵੇ ਅਗਲਾ। ਸ਼ਸਤਰਧਾਰੀ ਨੂੰ ਹਰ ਕੋਈ ਹੱਥ ਪਾਉਣ ਤੋਂ ਪਹਿਲਾਂ 100 ਵਾਰੀ ਸੋਚੇਗਾ ਵੀ ਇਹਦੇ ਕੋਲ ਤਲਵਾਰ ਹੈ, ਕਿਰਪਾਨ ਹੈ, ਮਾਰੇਗਾ। ਕੇਸਾਂ ਦਾ ਅਤੇ ਸ਼ਸਤਰਾਂ ਦਾ ਬੜਾ ਰੋਹਬ ਹੈ, ਇਹ ਨਾ ਛੱਡਿਆ ਕਰੋ। ਮਹਾਰਾਜ ਨੇ ਹੁਕਮ ਦਿੱਤਾ, ਜਦੋਂ ਨਾਲ ਹੀ ਕਹਿਤਾ, ਭਾਈ ਤੁਹਾਡਾ ਜਿਹੜਾ ਸਮਾਨ ਦੁਸ਼ਟਾਂ ਨੇ ਖੋਇਆ, ਕੱਲ੍ਹ ਨੂੰ ਅਸੀਂ ਤੁਹਾਨੂੰ ਵਾਪਸ ਕਰਾ ਦਿਆਂਗੇ, ਚਿੰਤਾ ਨਾ ਕਰੋ। ਮਹਾਰਾਜ ਅਗਲੇ ਦਿਨ ਸ਼ਿਕਾਰ ਦੇ ਬਹਾਨੇ ਫੌਜਾਂ ਲੈ ਕੇ ਚੜ੍ਹੇ, ਨੂੰਹ ਪਿੰਡ ਵੱਲ ਜਾ ਗੱਜੇ, ਜਾ ਕੇ ਪਿੰਡ ਨੂੰ ਘੇਰਾ ਪਾ ਲਿਆ। ਜਦੋਂ ਪਿੰਡ ਦੇ ਆਲੇ ਦੁਆਲੇ ਖਾਲਸੇ ਦੀ ਫੌਜ ਵੇਖੀ, ਉਹਨਾਂ ਮੂਰਖਾਂ ਰੰਗੜਾਂ ਦੀ ਮੌਤ ਆਈ ਹੋਈ ਸੀ, ਉਹਨਾਂ ਨੇ ਅੱਗੋਂ ਮੁਕਾਬਲੇ ਦੀ ਤਿਆਰੀ ਕਰ ਲਈ। ਨੂੰਹ ਪਿੰਡ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ। ਮਹਾਰਾਜ ਨੇ ਵੀ ਖਾਲਸੇ ਨੂੰ ਹੁਕਮ ਦਿੱਤਾ, ਹੁਕਮ ਖਾਲਸੇ ਕੋ ਗੁਰਦੀਨ, ਹੱਥ ਦੁਸ਼ਟਨ ਲਿਓ ਵਸਤੂ ਛੀਨ। ਮਹਾਰਾਜ ਕਹਿੰਦੇ, ਹੱਲਾ ਕਰ ਦਿਓ ਖਾਲਸਾ ਜੀ, ਇਹਨਾਂ ਦੁਸ਼ਟਾਂ ਨੂੰ ਸੋਧ ਕੇ ਜੋ ਇਹਨਾਂ ਨੇ ਸਮਾਨ ਸੰਗਤ ਕੋਲੋਂ ਖੋਇਆ ਹੈ, ਉਹ ਸਾਰਾ ਇਹਨਾਂ ਕੋਲੋਂ ਵਸੂਲ ਕਰ ਲਓ। ਤਾਂ ਹੁਣ ਜੰਗ ਸ਼ੁਰੂ ਹੋ ਗਿਆ ਨੂੰਹ ਪਿੰਡ ਦੇ ਵਿੱਚ। ਆਪਾਂ ਸਰਵਣ ਕਰੀਏ, ਮਨ ਬਿਰਤੀਆਂ ਜੋੜੀਏ ਬਾਜਾਂ ਵਾਲੇ ਸਤਿਗੁਰਾਂ ਦੇ ਚਰਨਾਂ ਨਾਲ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁੱਜਰ ਰੰਗੜ ਜੇ ਮਦ ਭਰੇ, ਜਿਹੜੇ ਹੰਕਾਰੀ ਸਨ ਗੁੱਜਰ ਤੇ ਰੰਗੜ, ਚੜੇ ਸਿੰਘ ਸਭ ਦੇਖਣ ਕਰੇ। ਉਹਨਾਂ ਨੇ ਵੇਖਿਆ ਕਿ ਖਾਲਸੇ ਦੀ ਫੌਜ ਆ ਗਈ ਹੈ, ਗੁਰੂ ਗੋਬਿੰਦ ਸਿੰਘ ਖੁਦ ਆਏ ਹਨ, ਤੇ ਇਹਨਾਂ ਦੇ ਨਾਲ ਅਸੀਂ ਮੁਕਾਬਲਾ ਕਰੀਏ। ਕਹਿ ਕਹਿ ਸ਼ਸਤਰ ਸਦਨ ਦਰ ਠਾਂਡੇ, ਗੁਜਰਾਂ ਦੀ ਜੇ ਸਿਆਣਪ ਹੁੰਦੀ, ਸਿਆਣੇ ਹੁੰਦੇ, ਆਪਣਾ ਜਾਨ ਬਚਾਣੀ ਹੁੰਦੀ ਤੇ ਮਹਾਰਾਜ ਦੇ ਅੱਗੇ ਹੱਥ ਜੋੜ ਦਿੰਦੇ ਵੀ ਗਲਤੀ ਹੋ ਗਈ ਹੈ, ਤੇ ਮਹਾਰਾਜ ਜੋ ਸਾਡੇ ਤੋਂ ਗਲਤੀ ਹੋਈ ਸਾਨੂੰ ਸਜ਼ਾ ਦੇ ਦਿਓ ਤੇ ਆਹ ਆਪਣਾ ਸਮਾਨ ਲੈ ਜਾਓ। ਗੱਲ ਟਲ ਜਾਣੀ ਸੀ, ਪਰ ਗੁੱਜਰ ਹੰਕਾਰੀ ਬੜੇ ਸਨ। ਰੰਗੜ ਤੇ ਗੁੱਜਰ ਇਹ ਲੜਾਕੇ ਵੀ ਬੜੇ ਨੇ ਤੇ ਹੰਕਾਰੀ ਆਕੜਖੋਰ ਵੀ ਬੜੇ ਨੇ। ਗੁੱਜਰਾਂ ਤੇ ਰੰਗੜਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਮੁਕਾਬਲੇ ਲਈ ਸ਼ਸਤਰ ਚੁੱਕ ਲਏ। ਲੜਬੇ ਕਾਰਨ ਹੋਇ ਕਰ ਗਾਢੇ, ਉਹ ਲੜਨ ਵਾਸਤੇ ਤਿਆਰ ਹੋ ਗਏ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਲਈ। ਕੋ ਕੋ ਲਾਗੀ ਛੁਟਣ ਸਫੰਗਾ, ਸਾਧ ਸੰਗਤ ਜੀ ਕੋਈ ਕੋਈ ਗੋਲੀ ਚੱਲਣ ਲੱਗ ਪਈ, ਕਿਤੇ ਠਾ ਠਾ ਹੋਣ ਲੱਗ ਪਈ। ਸਭ ਸਿੰਘਾਂ ਨੇ ਜਾਣਿਓ ਹੋਇਆ ਚੰਗਾ, ਸਿੰਘਾਂ ਨੇ ਵੇਖਿਆ ਵੀ ਇਹ ਤਾਂ ਮੁੜਦੇ ਨਹੀਂ, ਇਹ ਤਾਂ ਸਾਡੇ ਨਾਲ ਲੜਾਈ ਕਰਨਗੇ, ਜ
ਜੰਗ ਹੋਵੇਗਾ ਇੱਥੇ। ਇੱਕ ਦੇਸ਼ ਤੇ ਤਿੰਨ ਉੱਪਰ ਪਰੇ। ਫਿਰ ਸਿੰਘਾਂ ਨੇ ਇੱਕ ਪਾਸਿਓਂ ਹੱਲਾ ਕਰ ਦਿੱਤਾ। ਜੇ ਤਾਂ ਦੁਸ਼ਮਣ ਕੋਈ ਅਗਲਾ ਪਿਆਰ ਨਾਲ ਹੱਥ ਜੋੜ ਕੇ ਮਿਲ ਜਾਂਦਾ ਤੇ ਗੱਲ ਹੋਰ ਸੀ। ਇਹਦਾ ਦੁਸ਼ਮਣ ਬਣ ਕੇ ਸਾਹਮਣੇ ਖਲੋ ਗਏ ਆ, ਮੁਕਾਬਲੇ ਲਈ ਤਿਆਰ ਹੋ ਗਏ ਆ, ਹੁਣ ਤਾਂ ਲੜਨਾ ਹੀ ਪੈਣਾ। ਜੋ ਅਸੀਂ ਚੜ੍ਹ ਕੇ ਆਏ ਹਾਂ, ਫੌਜ ਲੈ ਕੇ ਆਏ ਹਾਂ, ਤਾਂ ਮਜਬੂਰੀ ਨੂੰ। ਸਾਧ ਸੰਗਤ ਜੀ, ਕਦੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਿਲਾ ਹੱਲਾ ਨਹੀਂ ਕੀਤਾ, ਪਹਿਲਾ ਵਾਰ ਵੀ ਨਹੀਂ ਕੀਤਾ। ਮਹਾਰਾਜ ਕਹਿੰਦੇ, ਚੂੰਕਾਰ ਅੱਜ ਹਵਾ ਹੀਲ ਤੇ ਦਾਰ ਗੁਜਸਤ, ਹਲਾਲ ਅਸਤ ਬੁਰਤਨ ਬਾ ਸ਼ਮਸ਼ੀਰ ਦਸਤ। ਜਦੋਂ ਕੋਈ ਗੱਲਬਾਤ ਨਾਲ ਜਾਂ ਕੋਈ ਹੋਰ ਤਰੀਕੇ ਨਾਲ ਮਸਲਾ ਹੱਲ ਨਹੀਂ ਹੁੰਦਾ ਤਾਂ ਤਲਵਾਰ ਚੁੱਕਣੀ ਚਾਹੀਦੀ ਹੈ। ਇਹ ਨਹੀਂ ਕਿ ਪਹਿਲਾਂ ਹੀ ਜਾਂਦੇ ਅਗਲੇ ਦਾ ਸਿਰ ਵੱਢ ਦਿਓ ਬਿਨਾਂ ਮਤਲਬ ਦੇ। ਜੇ ਕਿਸੇ ਨੇ ਕੋਈ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ, ਹੱਦ ਹੀ ਕਰੀ ਜਾਂਦਾ, ਤਾਂ ਫਿਰ ਉਹਦੇ ਨਾਲ ਜੰਗ ਹੁੰਦਾ ਹੈ। ਤੰਗ ਆਮਦ ਬਜੰਗ ਆਮਦ, ਗੁਰਬਾਣੀ 'ਚ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਜਫਰਨਾਮੇ 'ਚ ਵੀ ਲਿਖਿਆ ਅਤੇ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਵੀ ਚਲੀ ਆਉਂਦੀ ਹੈ, ਤੰਗ ਆਮਦ ਬਜੰਗ ਆਮਦ। ਵੀ ਜਦੋਂ ਤੰਗ ਹੁੰਦਾ ਬੰਦਾ, ਉਹ ਜੰਗ ਦੇ ਆਇਦ ਹੋ ਜਾਂਦਾ, ਜੰਗ ਨੂੰ ਤਿਆਰ ਹੋ ਜਾਂਦਾ। ਸੋ ਹੁਣ ਖਾਲਸੇ ਨੂੰ ਮਜਬੂਰਨ ਜੰਗ ਕਰਨਾ ਪਿਆ। ਖੈਂਚੇ ਖੜਗ ਹੱਥ ਖਰ ਧਰੇ, ਹੱਥ ਵਿੱਚ ਖੰਡੇ ਫੜ ਕੇ, ਤਲਵਾਰਾਂ ਫੜ ਕੇ, ਗੁਰੂ ਦੀਆਂ ਫੌਜਾਂ ਤਿਆਰ ਪਰ ਤਿਆਰ ਹੋ ਗਈਆਂ। ਕਾਟੇ ਖਰੇ ਅੰਗ ਤਿੰਨ ਕਾਟੇ, ਔਰ ਲੜਾਈ ਸ਼ੁਰੂ ਹੋ ਗਈ, ਕਿਤੇ ਤਲਵਾਰਾਂ ਨਾਲ, ਕਿਤੇ ਬਰਛਿਆਂ ਨਾਲ, ਕਿਤੇ ਗੋਲੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ, ਕਿਤੇ ਤੀਰਾਂ ਤੇ ਕਿਤੇ ਗੋਲੀਆਂ ਦਾ ਮੀਂਹ ਵਸਣ ਲੱਗਾ। ਜਿੱਥੇ ਜਿੱਥੇ ਰੰਗੜ ਸਿੰਘਾਂ ਦੇ ਸਾਹਮਣੇ ਆਏ, ਖੰਡਿਆਂ ਨਾਲ ਤੇਗਾਂ ਨਾਲ ਸਿੰਘਾਂ ਨੇ ਤਸ਼ਾ ਮੁੱਚ ਝਟਕ ਦਿੱਤੇ। ਹਲਾ ਹੂਦ ਕਰ ਸਕਰੇ ਡਾਟੇ, ਹਲਾ ਹੁਲਾ ਹੱਲੇ ਤੇ ਹੱਲਾ ਕਰਕੇ, ਮਾਰ ਲੋ ਫੜ ਲੋ ਕਰਕੇ ਪੈ ਗਏ ਤੇ ਲੰਗੜਾ ਨੂੰ ਪਿੰਡ ਚ ਵਾੜ ਦਿੱਤਾ। ਕੁਛ ਕੁ ਪੰਗਿਆ ਤਿੰਨੋਂ ਚਲਾਈ, ਕੁਝ ਕੁ ਬੰਦੂਕਾਂ ਉਹਨਾਂ ਨੇ ਚਲਾਈਆਂ ਕੋਠਿਆਂ ਤੇ ਚੜ੍ਹ ਕੇ, ਕਿਉਂਕਿ ਉਹ ਘਰਾਂ ਵਿੱਚ ਸਨ ਤੇ ਸਿੰਘ ਗਲੀਆਂ ਵਿੱਚ ਸਨ, ਸਿੰਘ ਬਾਹਰ ਲੜੇ ਮੈਦਾਨ ਵਿੱਚ ਸਨ। ਉਹਨਾਂ ਰੰਗੜਾ ਨੇ ਖਾਲਸੇ ਉੱਤੇ ਗੋਲੀਆਂ ਚਲਾਈਆਂ ਹਨ। ਮਿਲੇ ਸਿੰਘ ਮਾਰੇ ਸਮਝਾਈ, ਪਰ ਸਿੰਘਾਂ ਨੇ ਹੌਸਲਾ ਨਹੀਂ ਹਾਰਿਆ। ਸਿੰਘ ਉਹਨਾਂ ਦੇ ਕੋਠਿਆਂ ਤੇ ਚੜ੍ਹ ਗਏ, ਉਹਨਾਂ ਦੇ ਘਰਾਂ 'ਚ ਵੜ ਗਏ, ਜਿਹੜੇ ਜਿੱਥੇ ਜਿੱਥੇ ਉਹ ਖੜ ਕੇ ਬੰਦੂਕਾਂ ਚਲਾ ਰਹੇ ਸੀਗੇ, ਸਿੰਘ ਉਹਨਾਂ ਦੇ ਉੱਥੇ ਉਹਨਾਂ ਦੇ ਘਰਾਂ 'ਚ ਉਹਨਾਂ ਦੇ ਮੋਰਚਿਆਂ 'ਤੇ ਜਾ ਕੇ ਤੇਗਾਂ ਚਲਾ ਕੇ ਉਹਨਾਂ ਨੂੰ ਵੱਢਣ ਲੱਗੇ। ਤਾਂ ਰੰਗੜ ਉਮਟੇ ਇੱਕ ਦੇਸ਼ ਮੈਂ, ਤਾਂ ਫਿਰ ਸਾਰੇ ਰੰਗੜ ਇੱਕ ਪਾਸਿਓਂ ਇਕੱਠੇ ਹੋ ਕੇ ਲੜਨ ਲੱਗੇ। ਸ਼ਸਤਰ ਪ੍ਰਹਾਰਿਆ ਬਹੁ ਹੋਇਆ ਰਿਸ ਮੈਂ, ਉਹਨਾਂ ਨੇ ਗੁੱਸੇ ਜਾ ਕੇ ਸ਼ਸਤਰ ਚਲਾਉਣੇ ਸ਼ੁਰੂ ਕਰ ਦਿੱਤੇ ਖਾਲਸੇ ਨੇ, ਕਿਉਂਕਿ ਰੰਗੜ ਤੇ ਗੁੱਜਰ ਜਿਹੜੀ ਜਾਤ ਹੈ ਸਾਧ ਸੰਗਤ ਜੀ, ਇਹ ਵੀ ਲੜਾਕੀ ਬਰਾਦਰੀ, ਰੰਗੜ ਵੀ ਬੜੇ ਲੜਾਕੇ ਹੁੰਦੇ ਆ। ਮੱਸਾ ਰੰਗੜ ਤੁਸੀਂ ਸੁਣੇ, ਜਿਹਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਖਾਲਸੇ ਨੇ, ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਜੀ ਨੇ ਸੋਧਾ ਲਾਇਆ ਸੀ। ਇਹ ਰੰਗੜ ਬਰਾਦਰੀ ਦੇ ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬਹੁਤ ਸਮੇਂ ਤੋਂ ਲੜਦੇ ਆਏ, ਗੁੱਜਰ ਵੀ ਤੇ ਰੰਗੜ ਵੀ। ਤੋ ਗੁੱਜਰਾਂ ਤੇ ਰੰਗੜਾਂ ਨੇ ਖਾਲਸੇ ਦਾ ਮੁਕਾਬਲਾ ਸ਼ੁਰੂ ਕਰ ਦਿੱਤਾ। ਦੁੱਤੀ ਦਿਸ਼ਾ ਗੁੱਜਰ ਮਿਲ ਗਏ, ਦੂਜੇ ਪਾਸੇ ਗੁੱਜਰ ਵੀ ਸਿੱਖਾਂ ਦੇ ਵੈਰੀ ਤੇ ਰੰਗੜ ਵੀ, ਦੋਵੇਂ ਹੀ ਲੜਨ ਲੱਗੇ। ਰਿੰਦ ਤੁਫੰਗ ਚਲਾਵਤ ਪਏ, ਇੱਕ ਪਾਸੇ ਰੰਗੜਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਿੱਖਾਂ ਤੇ, ਦੂਜੇ ਪਾਸੇ ਗੁੱਜਰਾਂ ਨੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ। ਲਾਗੀ ਸਿੰਘਨ ਅੰਗ ਤੁਫੰਗਨ, ਬਹੁਤ ਸਾਰੀਆਂ ਗੋਲੀਆਂ ਸਿੰਘਾਂ ਨੂੰ ਵੀ ਲੱਗੀਆਂ, ਸਿੰਘਾਂ ਦੇ ਕਿਸੇ ਦੇ ਮੱਥੇ ਵਿੱਚ, ਕਿਸੇ ਦੇ ਛਾਤੀ ਵਿੱਚ, ਕਿਸੇ ਦੇ ਪੱਟ ਵਿੱਚ, ਕਿਸੇ ਦੇ ਮੋਢੇ ਵਿੱਚ, ਕਿਸੇ ਦੇ ਗੋਡੇ ਵਿੱਚ, ਇਹ ਗੋਲੀਆਂ ਲੱਗਣ ਲੱਗੀਆਂ।
ਗੁਰੂ ਕੇ ਸਿੰਘ ਸ਼ਹੀਦੀਆਂ ਪਾਉਣ ਲੱਗੇ। ਗਿਰੇ ਕਿਤਕ ਹੋਏ ਪ੍ਰਾਨਨ ਭੰਗਨ, ਕਈਆਂ ਦੇ ਪ੍ਰਾਣ ਪੰਖੇਰੂ ਉੱਡ ਗਏ, ਕਈ ਸ਼ਹੀਦ ਹੋ ਗਏ। ਕਰਿਓ ਖਾਲਸੇ ਨੇ ਤਬ ਹੱਲਾ, ਤਾਂ ਫਿਰ ਖਾਲਸੇ ਨੇ ਜ਼ੋਰ ਦਾ ਹੱਲਾ ਬੋਲਿਆ ਵੀ ਇਹ ਤਾਂ ਸਾਨੂੰ ਮਾਰ ਦੇਣਗੇ ਦੂਰੋਂ ਗੋਲੀਆਂ ਮਾਰ ਮਾਰ ਕੇ। ਜੋ ਦੁਸ਼ਟਨ ਤੇ ਜਾਏ ਨਾ ਚੱਲਾ, ਜਦੋਂ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ ਸਿੰਘਾਂ ਨੇ ਹੱਲਾ ਕੀਤਾ, ਫਿਰ ਰੰਗੜਾਂ ਕੋਲੋਂ ਖਾਲਸੇ ਦਾ ਹੱਲਾ ਚੱਲਿਆ ਨਾ ਗਿਆ। ਜਵਾਲਾ ਬਮਣੀ ਤਜ ਇੱਕ ਵਾਰ, ਫਿਰ ਇੱਕੋ ਵਾਰੀ ਸਿੰਘਾਂ ਨੇ ਵੀ ਗੋਲੀਆਂ ਦਾ ਮੀਂਹ ਵਰਾ ਦਿੱਤਾ। ਬਹੁਰ ਕਰੀ ਨੰਗੀ ਤਲਵਾਰ, ਜਦੋਂ ਨੇੜੇ ਚਲੇ ਗਏ ਉਹਨਾਂ ਦੇ ਮੋਰਚਿਆਂ ਚ ਵੜ ਕੇ ਤੇਗਾਂ ਧੂ ਲਈਆਂ, ਤਲਵਾਰਾਂ ਤੇ ਖੰਡਿਆਂ ਨਾਲ ਯੁੱਧ ਕਰਨ ਲੱਗੇ। ਕੇਤਕ ਕੇਸਰ ਵਿਖਿਆ ਲਗਾਈ, ਕਈਆਂ ਦੇ ਸਿਰਾਂ ਵਿੱਚ ਤੇਗਾਂ ਵੱਜੀਆਂ। ਕਾਟ ਅੰਗ ਰਿਪ ਦੇ ਗਿਰਾਈ, ਕਈਆਂ ਦੇ ਮੋਢਿਆਂ ਤੋਂ ਕਿਸੇ, ਕਈਆਂ ਦੇ ਪੱਟਾਂ ਤੋਂ ਕਿਸੇ ਦੇ ਲੱਤਾਂ ਤੋਂ, ਜਿੱਥੇ ਜਿੱਥੇ ਸ਼ਸਤਰ ਵੱਜਿਆ ਵੱਡ ਵੱਡ ਸੁੱਟ ਦਿੱਤੇ ਅੰਗ। ਖੱਚਾ ਖੱਚ ਤਲਵਾਰਾਂ ਮਾਚੀ, ਖੱਚਾ ਖੱਚੀ ਤਲਵਾਰਾਂ ਦੀ ਮੱਚ ਗਈ, ਤਛ ਮੁੱਛ ਹੋ ਗਈ, ਘਮਸਾਨ ਦਾ ਯੁੱਧ ਮੱਚ ਗਿਆ। ਭਈ ਅਰਣ ਸ਼੍ਰੋਣਤ ਸੰਘ ਰਾਚੀ, ਔਰ ਧਰਤੀ ਲਾਲ ਸੁਰਖ ਹੋ ਗਈ। ਨੂੰ ਪਿੰਡ ਦੀਆਂ ਗਲੀਆਂ ਵਿੱਚ ਰੰਗੜਾਂ ਦੇ ਸਿਰ ਰੁਲਣ ਲੱਗੇ ਹਨ। ਕੇਤਕ ਕੇਸਰ ਕਾਟ ਗਿਰਾਏ, ਕਈਆਂ ਦੇ ਸਿਰ ਵੱਢ ਕੇ ਸੁੱਟੇ ਹਨ। ਪਰੇ ਪ੍ਰਥੀ ਪਰ ਪ੍ਰਾਣ ਗਵਾਏ, ਕਈ ਆਪਣੇ ਪ੍ਰਾਣ ਪੰਖੇਰੂ ਗਵਾ ਗਏ, ਧਰਤੀ ਤੇ ਲਿਟ ਗਏ। ਜਿਨ੍ਹਾਂ ਨੇ ਹਥਿਆਰ ਚੁੱਕੇ, ਜਿਨ੍ਹਾਂ ਨੇ ਹੱਥ ਖੜੇ ਕਰ ਦਿੱਤੇ, ਅੱਗੋਂ ਕੋਈ ਹਥਿਆਰ ਨਹੀਂ ਚੁੱਕਿਆ, ਉਹਨਾਂ ਨੂੰ ਨਹੀਂ ਮਾਰਿਆ ਖਾਲਸੇ ਨੇ, ਪਰ ਜਿਹੜੇ ਲੜ ਰਹੇ ਸਨ, ਮੁਕਾਬਲਾ ਕਰ ਰਹੇ ਸਨ, ਉਹ ਸਿੰਘਾਂ ਦੇ ਹੱਥੋਂ ਮਾਰੇ ਗਏ। ਜੋ ਅਰ ਅਰ ਕਰ ਸ਼ਸਤਰ ਚਲਾਇਓ, ਜਿਹੜਾ ਵੈਰੀ ਸਾਹਮਣੇ ਅੜਿਆ ਸੋ ਚੜਿਆ, ਸ਼ਰਨ ਭਰਿਆ ਸੋ ਤਰਿਆ, ਜਿਨ੍ਹਾਂ ਨੇ ਮੁਕਾਬਲਾ ਕੀਤਾ ਸ਼ਸਤਰ ਚਲਾਏ ਅੱਗੋਂ ਦੀ, ਸੋ ਤਤ ਸ਼ਿਨ ਹੀ ਮਾਰ ਗਿਰਾਇਓ, ਉਹ ਤਤ ਸ਼ਿਨ ਸਿੰਘਾਂ ਨੇ ਮਾਰ ਸੁੱਟਿਆ। ਬੀਸ ਪੱਚੀਸ ਕੱਟੇ ਜਦ ਐਸੇ, ਜਦੋਂ ਵੀਹ ਪੱਚੀ ਰੰਗੜ ਏਦਾਂ ਕੱਟੇ ਮਾਰੇ ਗਏ। ਦਾਰਨ ਵਿਖੇ ਸਿੰਘ ਸਿੰਘ ਜੈਸੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਨ੍ਹਾਂ ਨਾਲ ਸਾਡਾ ਪਾਲਾ ਪਿਆ ਆਮ ਬੰਦੇ ਨਹੀਂ, ਇਹ ਸਿੰਘ ਵਾਕਈ ਸਿੰਘ ਹਨ। ਸਿੰਘ ਨਾਮ ਸ਼ੇਰ ਦਾ ਹੈ, ਇਹਦੇ ਸ਼ੇਰ ਦੀ ਤਰ੍ਹਾਂ ਹੀ ਭਿਆਨਕ ਹਨ, ਲੜਾਕੇ ਹਨ, ਤਜਰਬੇਕਾਰ ਸੂਰਮੇ ਹਨ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਟ੍ਰੇਨਿੰਗ ਹੀ ਬੜੀ ਤਗੜੀ ਦਿੰਦੇ ਸਨ। ਸਾਰਾ ਸਾਰਾ ਦਿਨ ਸਿੰਘਾਂ ਨੂੰ ਸ਼ਸਤਰਾਂ ਦੇ ਨਾਲ ਅਭਿਆਸ ਕਰਨ ਦਾ ਹੁਕਮ ਸੀਗਾ। ਦੋ ਹੀ ਅਭਿਆਸ ਗੁਰੂ ਘਰ ਚ ਹੁੰਦੇ ਆ, ਇੱਕ ਬਾਣੀ ਦਾ, ਇੱਕ ਸ਼ਸਤਰਾਂ ਦਾ। ਬਾਣੀ ਪੜ੍ਹੀ ਜਾਣੀ, ਸ਼ਸਤਰ ਚਲਾਈ ਜਾਣੇ, ਏਦਾਂ ਸਿੰਘ ਦਿਨ ਰਾਤ ਅਭਿਆਸ ਕਰਦੇ ਰਹਿੰਦੇ ਸਨ। ਚਲੇ ਭਲਾਏ ਸਦਨ ਕੋ ਤਿਆਗੇ, ਸੋ ਹੁਣ ਫਿਰ ਰੰਗੜਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਡਾਢਿਆਂ ਨਾਲ ਵਾਹ ਪੈ ਗਿਆ, ਤੇ ਫਿਰ ਰੰਗੜ ਘਰ ਛੱਡ ਕੇ ਦੌੜਨ ਲੱਗੇ ਹਨ। ਜਾਣਿਓ ਜਬ ਹੈ ਬਚੇ ਨਹਿ ਭਾਗੇ, ਜਦੋਂ ਰੰਗੜਾਂ ਨੂੰ ਇਹ ਪਤਾ ਲੱਗਾ ਵੀ ਹੁਣ ਮਾਰੇ ਜਾਵਾਂਗੇ, ਹੁਣ ਬਚ ਨਹੀਂ ਸਕਦੇ, ਫਿਰ ਜਾਨਾ ਬਚਾ ਕੇ ਰਣ ਤੱਤੇ ਚੋਂ ਭੱਜਣ ਲੱਗੇ ਰੰਗੜ। ਸ਼ਸਤਰ ਗੇਰ ਕਰ ਜੋਰਤ ਪਏ, ਤੇ ਫਿਰ ਕਈਆਂ ਨੇ ਹਥਿਆਰ ਸੁੱਟ ਦਿੱਤੇ, ਸ਼ਸਤਰ ਸੁੱਟ ਕੇ ਹੱਥ ਖੜੇ ਕਰ ਦਿੱਤੇ, ਹੱਥ ਜੋੜ ਦਿੱਤੇ, ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਜੀ ਧੀਰ ਕਾਤਰ ਹੋਏ ਗਏ, ਹੌਸਲਾ ਛੱਡ ਕੇ, ਧੀਰਜ ਛੱਡ ਕੇ, ਕਾਇਰ ਬੁੱਝ ਦਿਲ ਬਣ ਗਏ, ਜਿਹੜੇ ਅੱਗੇ ਸ਼ੇਰ ਬਣੇ ਫਿਰਦੇ ਸੀ, ਹੁਣ ਗਿੱਦੜਾਂ ਤੋਂ ਵੀ ਗਏ ਗੁਆਚੇ ਹੋ ਗਏ। ਗੁਰ ਕੀ ਦੋਹੀ ਊਚ ਪੁਕਾਰੀ, ਤੇ ਉਹਨਾਂ ਨੇ ਗੁਰੂ ਮਹਾਰਾਜ ਦੀ ਦੁਆਈ ਦਿੱਤੀ, ਦੁਆਈ ਹੋਵੇ ਗੁਰੂ ਜੀ, ਦੁਆਈ ਹੋਵੇ, ਉੱਚੀ ਉੱਚੀ ਰੌਲਾ ਪਾਉਣ ਲੱਗ ਪਏ। ਗੁਰੂ ਜੀ ਸਾਨੂੰ ਬਖਸ਼ੋ, ਗੁਰੂ ਜੀ ਸਾਡੀ ਜਾਨ ਬਖਸ਼ੀ ਕਰੋ। ਰੱਛੋ ਰੱਛੋ ਸ਼ਰਨ ਤਿਹਾਰੀ, ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆ, ਰੱਖਿਆ ਕਰੋ ਸਾਡੀ। ਤਉ ਸਿੰਘ ਬਹੁਰਿਸ ਮਹਿ ਭਰੇ, ਤਾਂ ਖਾਲਸਾ ਵੀਰ ਰਸ ਚ ਆਇਆ ਹੋਇਆ ਸੀ, ਜਦੋਂ ਸਿੰਘਾਂ ਦੀ ਤੇਗ ਚੱਲ ਪੈਂਦੀ ਫਿਰ ਰੁਕਦੀ ਨਹੀਂ। ਅਤੇ ਸ਼ਸਤਰ ਨਹਿ ਤਜਬੋ ਕਰੇ, ਕਹਿੰਦੇ ਸਿੰਘਾਂ ਨੇ
ਜਿਹੜਾ ਨੇ ਹਥਿਆਰ ਵਿੱਚ ਹੱਥਾਂ ਵਿੱਚ ਸਨ ਉਹਨਾਂ ਨੂੰ ਨਹੀਂ ਛੱਡਿਆ। ਦਇਆ ਸਿੰਘ ਨੇ ਗੁਰੂ ਬਤਾਇਓ, ਭਾਈ ਦਇਆ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਨੂੰ ਆ ਕੇ ਦੱਸਿਆ, ਉਤ ਕੋ ਗਮਨ ਹੋ ਲੈ ਸੋ ਬਚਾਇਓ। ਮਹਾਰਾਜ ਜੀ ਉਧਰ ਜਾਓ, ਉਹ ਰੰਗੜ ਜਿਹੜੇ ਬਹੁਤ ਹਥਿਆਰ ਸੁੱਟ ਰਹੇ ਨੇ ਉਹਨਾਂ ਨੂੰ ਬਚਾ ਲਵੋ। ਸੁਣ ਕਰ ਭੇ ਪਲਾਇਨ ਸਾਰੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਉਧਰ ਗਏ ਹਨ। ਪਹੁੰਚੇ ਤਹਿ ਜਹਿ ਪ੍ਰਭੂ ਨਿਹਾਰੇ। ਮਹਾਰਾਜ ਦੇ ਕੋਲ ਪਹੁੰਚ ਕਰਕੇ ਭਾਈ ਦਇਆ ਸਿੰਘ ਜੀ ਨੇ ਦੱਸਿਆ, ਗੁਰੂ ਦੁਹਾਈ ਕਰਤ ਉਚਾਰ। ਤੇ ਗੁਰੂ ਸਾਹਿਬ ਕੋਲ ਆ ਕਰਕੇ ਇਹਨਾਂ ਰੰਗੜਾਂ ਨੇ ਮਹਾਰਾਜ ਦੇ ਚਰਨਾਂ ਚ ਦੁਹਾਈ ਦਿੱਤੀ, ਗੁਰੂ ਜੀ ਮਾਫ਼ ਕਰੋ, ਗੁਰੂ ਜੀ ਗਲਤੀ ਹੋ ਗਈ। ਕਈਆਂ ਨੇ ਤਾਂ ਮੂੰਹ ਚ ਘਾਹ ਪਾ ਲਿਆ। ਹਿੰਦੂ ਧਰਮ ਦੀ ਰੀਤੀ ਰਿਵਾਜ ਹੈ ਵੀ ਜਦੋਂ ਹਥਿਆਰ ਸੁੱਟ ਦੇਣੇ ਨੇ ਮੂੰਹ ਚ ਘਾਹ ਪਾ ਲੈਂਦੇ ਆ। ਉਹਦਾ ਮਤਲਬ ਹੈ ਵੀ ਅਸੀਂ ਗਊ ਦੀ ਤਰ੍ਹਾਂ ਹਾਂ, ਜਿਵੇਂ ਕੋਈ ਗਊ ਹੁੰਦੀ ਹੈ, ਅਸੀਂ ਤੁਹਾਡੀ ਗਊ ਹਾਂ, ਤੁਸੀਂ ਸਾਨੂੰ ਮਾਰੋਗੇ ਤੇ ਸਮਝੋ ਤੁਹਾਨੂੰ ਗਊ ਹੱਤਿਆ ਲੱਗੇਗੀ। ਸੋ ਇਹਨਾਂ ਰੰਗੜਾਂ ਨੇ ਹੁਣ ਜਾਣ ਕੇ ਵੀ ਸਾਨੂੰ ਗੁਰੂ ਸਾਹਿਬ ਮਾਰ ਹੀ ਦੇਣਗੇ, ਚਰਨਾਂ ਦੇ ਵਿੱਚ ਆ ਕੇ ਦੁਹਾਈ ਦਿੱਤੀ ਹੈ। ਉਧਰ ਸਿੰਘਨ ਬਹੁ ਕੀਨਸ ਮਾਰ। ਉਧਰ ਸਿੰਘ ਮਾਰ ਕੱਟ ਕਰੀ ਜਾਂਦੇ, ਯੁੱਧ ਕਰੀ ਜਾਂਦੇ ਹਨ। ਜੋ ਗੁਰ ਸਰਨ ਜਾਏ ਕਰ ਪਰੇ। ਜਿਹੜੇ ਗੁਰੂ ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਦੀ ਸ਼ਰਨ ਜਾ ਕੇ ਪੈ ਗਏ, ਬਚੇ ਸੋ ਅਰੇ ਪ੍ਰਾਨ ਦਿਨ ਹਰੇ। ਜਿਹੜੇ ਸ਼ਰਨ ਪੈ ਗਏ ਉਹ ਬਚ ਗਏ, ਜਿਹੜੇ ਅੜੇ ਸਨ ਸਿੰਘਾਂ ਨਾਲ ਉਹ ਮਾਰੇ ਗਏ। ਲੁੱਟਿਓ ਗ੍ਰਾਮ ਵਸਤ ਦਿਨ ਸਾਰੀ। ਸੋ ਖਾਲਸਾ ਜੀ ਉਹਨਾਂ ਦਾ ਪਿੰਡ ਨੂੰ ਖਾਲਸੇ ਨੇ ਲੁੱਟ ਲਿਆ, ਜਿਹੜੀਆਂ ਚੀਜ਼ਾਂ ਉਹਨਾਂ ਨੇ ਸੰਗਤ ਤੋਂ ਖੋਹੀਆਂ ਸਨ, ਵਧੀਆ ਵਧੀਆ ਸ਼ਸਤਰ ਸੰਗਤਾਂ ਕੋਲੋਂ ਖੋਹ ਲਏ, ਚੰਗੇ ਬਸਤਰ ਖੋਹ ਲਏ, ਘੋੜੇ ਖੋਹ ਲਏ, ਮਾਇਆ ਖੋਹ ਲਈ। ਸੰਗਤ ਤਾਂ ਭਾਵਨਾ ਨਾਲ ਲੈ ਕੇ ਆਈ ਸੀ ਮਹਾਰਾਜ ਨੂੰ ਮੱਥਾ ਟੇਕਾਂਗੇ, ਪਰ ਨੂਰ ਪਿੰਡ ਦੇ ਰੰਗੜਾਂ ਨੇ ਰਾਹ ਚ ਸੰਗਤ ਕੋਲੋਂ ਉਹ ਦੁਰਲੱਭ ਵਸਤੂਆਂ ਖੋਹ ਲਈਆਂ। ਖਾਲਸੇ ਨੇ ਉਹ ਉਹਨਾਂ ਕੋਲੋਂ ਵਸੂਲੀ ਪਾ ਲਈਆਂ, ਖੋਹ ਲਈਆਂ, ਵਾਪਸ ਲੈ ਲਈਆਂ। ਸਦਨ ਢਹਾਏ ਕੀਨ ਇੱਕ ਸਾਰੀ। ਤੇ ਉਹਨਾਂ ਦੇ ਜਿਹੜੇ ਵੱਡੀਆਂ ਵੱਡੀਆਂ ਹਵੇਲੀਆਂ ਕਿਲੇ ਬਣਾ ਕੇ ਰੱਖੇ ਸੀ, ਇਹ ਅੱਗੇ ਵੀ ਲੁੱਟਾਂ ਖੋਹਾਂ ਹੀ ਕਰਦੇ ਸਨ, ਇਸ ਕਰਕੇ ਇਹਨਾਂ ਦਾ ਕਿਲਾ ਢਵਾ ਦਿੱਤਾ। ਦੇਈ ਸਜ਼ਾਏ ਸਭਨ ਕੋ ਐਸੀ। ਔਰ ਤਗੜੀ ਸਜ਼ਾ ਦਿੱਤੀ, ਅੱਗੇ ਨੂੰ ਕਦੀ ਸੰਗਤ ਨੂੰ ਲੁੱਟਣਗੇ ਨਹੀਂ, ਕਿਉਂਕਿ ਹੱਥਾਂ ਬਾਹ ਚ ਕਰਾ ਰਿਹਾ ਵੈਰੀ ਹੋਣ ਦਾ ਮਿੱਥ। ਵੈਰੀ ਉਹ ਜਿੰਨਾ ਚਿਰ ਉਹਨੂੰ ਚੰਗੀ ਹੱਥ ਨਾ ਲੱਗ ਜਾਣ, ਚੰਗੀ ਮਾਰ ਨਾ ਪਵੇ, ਵੈਰੀ ਨਹੀਂ ਕਦੀ ਮਿੱਤਰ ਬਣਿਆ ਕਰਦੇ। ਤੇ ਵੈਰੀ ਨੂੰ ਫਿਰ ਸੋਧਾ ਲਾਣਾ ਹੀ ਪੈਂਦਾ, ਉੱਥੇ ਲਿਹਾਜਦਾਰੀ ਨਹੀਂ ਚੱਲਦੀ। ਜੇ ਸਾਧ ਸੰਗਤ ਜੀ ਲਿਹਾਜਦਾਰੀ ਕਰਨੀ ਹੁੰਦੀ ਤੇ ਫਿਰ ਕਲਗੀਧਰ ਪਾਤਸ਼ਾਹ ਨੂੰ ਖਾਲਸਾ ਸਾਜਣ ਦੀ ਵੀ ਲੋੜ ਕੋਈ ਨਹੀਂ ਸੀ। ਖਾਲਸਾ ਸਾਜਿਆ ਹੀ ਤਾਂ ਹੈ ਵੀ ਦੁਸ਼ਟਾਂ ਨੂੰ ਸੋਧਾ ਲਾਇਆ ਜਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੂਰਬੀਰ ਬਹਾਦਰ ਯੋਧੇ ਸਿੰਘ ਸਾਜੇ, ਕਿਸੇ ਨਾਲ ਧੱਕਾ ਨਹੀਂ ਕਰਨਗੇ, ਕਿਸੇ ਨੂੰ ਨਜਾਇਜ਼ ਤੰਗ ਵੀ ਨਹੀਂ ਕਰਨਾ, ਪਰ ਜੇ ਕੋਈ ਤੰਗ ਕਰੇ ਤੇ ਉਹਦਾ ਲਿਹਾਜ਼ ਵੀ ਨਹੀਂ ਕਰਨਾ। ਹਾਂਜੀ। ਸੰਗਤ ਸੰਗ ਕੀਨ ਤਿੰਨ ਜੈਸੀ। ਜੋ ਉਹਨਾਂ ਨੇ ਇਸ ਗੁਰੂ ਕੀ ਸੰਗਤ ਲੁੱਟੀ ਸੀ, ਗੁਰੂ ਦੀ ਸੰਗਤ ਨਾਲ ਦੁਰਵਿਹਾਰ ਕੀਤਾ ਸੀ, ਪਹੁੰਚੇ ਨਿਕਟ ਗੇਰ ਹਥਿਆਰ, ਉਹਨਾਂ ਸਾਰਿਆਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਕੀਤੇ ਦੀ। ਤੇ ਹੁਣ ਉਹ ਸਾਰੇ ਰੰਗੜ ਗੁੱਜਰ ਹਥਿਆਰ ਲਿਆ ਕੇ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਰੱਖਦੇ ਹੈ ਤੇ ਬੇਨਤੀ ਕਰਦੇ, ਮਹਾਰਾਜ ਸਾਡੀ ਗਲਤੀ ਮਾਫ ਕਰੋ। ਸੋ ਪ੍ਰਭ ਲਈਏ ਬਚਾਏ ਗਵਾਰ। ਜਿਹੜੇ ਮਹਾਰਾਜ ਦੀ ਸ਼ਰਨ ਪੈ ਗਏ, ਮਹਾਰਾਜ ਨੇ ਬਚਾ ਲਏ। ਸਿੰਘਾਂ ਨੂੰ ਆਖਿਆ ਬਸ ਹੁਣ ਨਾ ਮਾਰੋ, ਕਿਉਂਕਿ ਗੁਰੂ ਘਰ ਦਾ ਬਿਰਦ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਜਿਹੜਾ ਗੁਰੂ ਦੀ ਸ਼ਰਨ ਆ ਜਾਵੇ ਭਾਵੇਂ ਦੁਸ਼ਮਣ ਹੀ ਕਿਉਂ ਨਾ ਹੋਵੇ, ਉਹਨੂੰ ਗੱਲ ਨਾ ਲਾਣਾ। ਪਰ ਜੇ ਕੋਈ ਗੁਰੂ ਘਰ ਨਾਲ ਅੱਖਾਂ ਉੱਚੀਆਂ ਕਰੇ ਫਿਰ ਉਹਨੂੰ ਕਰੜੇ ਹੱਥ ਲਾ ਕੇ ਸੋਧਾ ਲਾਣਾ।
ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਹੁਣੇ ਤੁਹਾਡੀ ਸ਼ਰਨ ਪੈ ਗਈ ਖਾਲਸਾ ਜੀ, ਹੁਣ ਨਾ ਮਾਰੋ। ਆ ਕੇ ਗੋਤਨ ਸੰਗ ਉਚਾਰਾ ਤੇ ਮਹਾਰਾਜ ਨੇ ਸਾਰਿਆਂ ਰੰਗੜਾਂ ਤੇ ਗੁਜਰਾਂ ਨੂੰ ਆਪਣੇ ਸਾਹਮਣੇ ਖੜੇ ਕਰਕੇ ਕਰੜੇ ਸ਼ਬਦਾਂ ਵਿੱਚ ਸਵਾਰ ਘੋੜੇ ਤੇ ਖੜੇ ਮਹਾਰਾਜ ਦਸਵੇਂ ਪਾਤਸ਼ਾਹ ਏਦਾਂ ਬੋਲੇ, ਕੌਣ ਜੇ ਕਰੋ ਅਪਰਾਧ ਹਮਾਰਾ। ਕਲਗੀਧਰ ਪਾਤਸ਼ਾਹ ਕਹਿੰਦੇ ਦੇਖੋ ਬਈ, ਜੇ ਅੱਗੇ ਨੂੰ ਗੁਰੂ ਕੀ ਸੰਗਤ ਨੂੰ, ਕਿਸੇ ਗਰੀਬ ਨੂੰ, ਕਿਸੇ ਰਾਹਗੀਰ ਨੂੰ, ਕਿਸੇ ਮੁਸਾਫਰ ਨੂੰ ਤੰਗ ਕਰੋਗੇ, ਕਿਸੇ ਨੂੰ ਲੁੱਟੋਗੇ, ਕਿਸੇ ਨਾਲ ਧੱਕਾ ਕਰੋਗੇ, ਤਤ ਸ਼ਿਨ ਕਰੇ ਬਿਨਾਸ਼ ਤੁਮਾਰਾ, ਫਿਰ ਤੁਹਾਡਾ ਕੋਈ ਲਿਹਾਜ਼ ਨਹੀਂ ਹੋਵੇਗਾ। ਅੱਜ ਤਾਂ ਜਿਉਂਦੇ ਛੱਡ ਦਿੱਤੇ, ਫਿਰ ਅਸੀਂ ਜਿਉਂਦੇ ਨਹੀਂ ਛੱਡਾਂਗੇ, ਫਿਰ ਝਟਕ ਦਿਆਂਗੇ। ਬਚੋ ਨਹੀਂ ਕਿਸ ਯਤਨ ਉਦਾਰਾ, ਕਿਸੇ ਯਤਨ ਨਾਲ ਨਹੀਂ ਬਚੋਗੇ, ਕਿਸੇ ਤਰੀਕੇ ਨਾਲ ਨਹੀਂ ਬਚੋਗੇ। ਹੁਣ ਤਾਂ ਤੁਸੀਂ ਬਚ ਗਏ ਹੋ ਸ਼ਰਨੀ ਪੈ ਕੇ, ਕਿਉਂਕਿ ਗੁਰੂ ਨਾਨਕ ਦਾ ਘਰ ਹੈ, ਬਖਸ਼ਿੰਦ ਹੈ, ਐਤਕੀ ਤਾਂ ਬਖਸ਼ ਦਿੱਤਾ, ਪਰ ਹਰ ਵਾਰੀ ਅਸੀਂ ਬਖਸ਼ਣਾ ਕੋਈ ਨਹੀਂ। ਇਸ ਵਿਦ ਗ੍ਰਾਮ ਝੂਠ ਕਰ ਆਏ, ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਪਿੰਡ ਸੀਗਾ ਨੂਹ ਪਿੰਡ, ਇਹ ਰੰਗੜਾਂ ਦਾ ਪਿੰਡ ਮਹਾਰਾਜ ਸੱਚੇ ਪਾਤਸ਼ਾਹ ਨੇ ਫਤਿਹ ਕੀਤਾ। ਇਹ ਗੁਰੂ ਘਰ ਦੇ ਦੋਖੀ ਸਨ। ਇਹ ਸਾਰਾ ਇਲਾਕਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਉੱਪਰ ਨੈਣਾ ਦੇਵੀ ਵਾਲੇ ਪਾਸੇ ਚਲੇ ਜਾਓ, ਭਾਵੇਂ ਗੁਰੂ ਕੇ ਲਾਹੌਰ ਵੱਲ ਚਲੇ ਜਾਓ, ਨੰਗਲ ਡੈਮ, ਊਨਾ, ਇੱਧਰ ਥੱਲੇ ਰੋਪੜ ਵਾਲੇ ਪਾਸੇ ਕੀਰਤਪੁਰ ਸਾਹਿਬ ਵੱਲ ਆ ਜਾਓ, ਨੂਰਪੁਰ ਬੇਦੀ ਵਾਲੇ ਪਾਸੇ ਚਲੇ ਜਾਓ, ਇੱਧਰ ਉੱਤੇ ਨਾਲਾਗੜ ਆਦਿਕ ਜਿੰਨਾ ਵੀ ਇਲਾਕਾ ਹੈ, ਜ਼ਿਆਦਾਤਰ ਗੁੱਜਰ ਅਤੇ ਰੰਗੜ ਬਰਾਦਰੀ ਵੱਸਦੀ ਹੈ। ਅਤੇ ਗੁੱਜਰ ਅਤੇ ਰੰਗੜ ਜਿਹੜੇ ਨੇ, ਇਹ ਗੁਰੂ ਘਰ ਨਾਲ ਅਕਾਰਨ ਹੀ ਬਿਨਾਂ ਮਤਲਬ ਹੀ ਦੁਐਸ਼ ਕਰਦੇ ਰਹੇ, ਛੇਵੇਂ ਪਾਤਸ਼ਾਹ ਦੇ ਸਮੇਂ ਵੀ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਬਾਬਾ ਗੁਰਦਿੱਤਾ ਸਾਹਿਬ ਜੀ ਸ਼ਿਕਾਰ ਖੇਡਣ ਗਏ ਸਨ, ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ, ਉਹਨਾਂ ਦੇ ਕਿਸੇ ਗੁਰਸਿੱਖ ਨੇ ਗੋਲੀ ਚਲਾਈ, ਹਿਰਨ ਸਮਝ ਕੇ ਲੱਗ ਗਈ ਗਊ ਨੂੰ, ਉਹ ਗਊ ਮਰ ਗਈ। ਰੰਗੜਾਂ ਨੇ ਬੜਾ ਰੌਲਾ ਪਾਇਆ, ਗੁਜਰਾਂ ਨੇ, ਤੁਸੀਂ ਗਊਆਂ ਮਾਰਦੇ ਹੋ, ਸਾਡੀ ਗਊ ਮਰ ਗਈ। ਬਾਬਾ ਗੁਰਦਿੱਤਾ ਜੀ ਕਹਿੰਦੇ ਭਾਈ, ਪਰਮੇਸ਼ਰ ਦਾ ਹੁਕਮ ਆਇਆ, ਇਹਨੂੰ ਗੋਲੀ ਵੱਜ ਗਈ, ਅਸੀਂ ਕੋਈ ਜਾਣ ਕੇ ਨਹੀਂ ਮਾਰੀ, ਅਸੀਂ ਸ਼ਿਕਾਰ ਖੇਡਣ ਗਏ ਸੀ, ਦੂਰੋਂ ਸਿੱਖ ਨੇ ਭੁਲੇਖੇ ਨਾਲ ਗੋਲੀ ਚਲਾ ਤੀ, ਵੱਜ ਗਈ। ਜਿੰਨੇ ਦੀ ਤੁਹਾਡੀ ਗਾਂ ਹੈ ਉਹਨੇ ਪੈਸੇ ਲੈ ਲਓ, ਤੁਸੀਂ ਹੋਰ ਗਊ ਲੈ ਲਓ। ਕਹਿੰਦੇ ਨਹੀਂ, ਅਸੀਂ ਗਊ ਹੀ ਲੈਣੀ, ਉਹੀ ਲੈਣੀ ਹੈ। ਬਾਬਾ ਜੀ ਕਹਿੰਦੇ ਉਹ ਤਾਂ ਹੁਣ ਚਲੀ ਗਈ ਭਾਈ, ਉਹਦਾ ਤਾਂ ਸਮਾਂ ਪੂਰਾ ਹੋ ਗਿਆ, ਉਹ ਕਿਵੇਂ ਦੇਈਏ। ਕਹਿੰਦੇ ਨਹੀਂ, ਤੁਸੀਂ ਗੁਰੂ ਬਣੇ ਫਿਰਦੇ ਹੋ। ਉਹਨਾਂ ਨੇ ਜਾਣ ਕੇ ਜਿਵੇਂ ਕਿਸੇ ਨੂੰ ਟਿੱਚਰ ਕਰੀ ਦੀ ਹੈ, ਕਿਸੇ ਨੂੰ ਗੁਰੂ ਮਹਾਰਾਜ ਦੇ ਘਰ ਦੇ ਖਿਲਾਫ ਇੱਦਾਂ ਦੇ ਸ਼ਬਦ ਬੋਲੇ, ਕਹਿਣ ਲੱਗੇ ਗੁਰੂ ਹੋ ਕੇ ਤੁਸੀਂ ਗਊਆਂ ਮਾਰਦੇ ਹੋ। ਸਿੱਖਾਂ ਨੇ ਬੇਨਤੀ ਕੀਤੀ ਬਾਬਾ ਜੀ ਨੂੰ, ਬਾਬਾ ਜੀ ਤੁਸੀਂ ਸਮਰੱਥ ਹੋ ਅਤੇ ਗੁਰੂ ਸਾਹਿਬ ਦੇ ਘਰ ਸਾਰੀਆਂ ਸ਼ਕਤੀਆਂ ਮਾਰ ਜਵਾਲਣ ਦੀਆਂ, ਕਰੋ ਕਿਰਪਾ, ਗਊ ਨੂੰ ਜੀਵਨ ਦਾਨ ਦੇ ਦਿਓ। ਬਾਬਾ ਜੀ ਕਹਿਣ ਲੱਗੇ ਭਾਈ, ਪਰਮੇਸ਼ਰ ਦੇ ਹੁਕਮ ਦੇ ਵਿੱਚ ਅਦੂਲੀ ਨਹੀਂ ਕਰੀਦੀ। ਜਿਵੇਂ ਅਕਾਲ ਪੁਰਖ ਨੇ ਕਿਸੇ ਜੀਵ ਦਾ ਸਮਾਂ ਲਿਖਿਆ ਹੁੰਦਾ, ਉਵੇਂ ਹੀ ਆਉਂਦਾ। ਨਾ ਕੋਈ ਮਾਰ ਸਕਦਾ ਅਤੇ ਨਾ ਕੋਈ ਬਚਾ ਸਕਦਾ, ਹਰ ਬਿਨ ਕੋਈ ਮਾਰ ਜਵਾਲ ਨਾ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ। ਅਕਾਲ ਪੁਰਖ ਹੀ ਮਾਰਦਾ, ਅਕਾਲ ਪੁਰਖ ਹੀ ਜਵਾਉਂਦਾ ਹੈ। ਅਸੀਂ ਨਹੀਂ ਮਾਰੀ, ਅਸੀਂ ਨਹੀਂ ਜਵਾ ਸਕਦੇ, ਹੁਕਮ ਆਇਆ, ਇਹਨੂੰ ਗੋਲੀ ਵੱਜ ਗਈ। ਕਹਿਣ ਲੱਗੇ ਬਾਬਾ ਜੀ, ਇਹਨਾਂ ਮੂਰਖਾਂ ਨੇ ਨਿੰਦਾ ਕਰਨੋਂ ਬਾਜ ਨਹੀਂ ਆਉਣਾ, ਗੁਰੂ ਘਰ ਦੀ ਬੜੀ ਨਿੰਦਾ ਬਦਨਾਮੀ ਕਰਨਗੇ। ਆਪ ਸਮਰੱਥ ਹੋ,
ਕਰੋ ਕਿਰਪਾ। ਬਾਬਾ ਗੁਰਦਿੱਤਾ ਜੀ ਮੂਲ ਮੰਤਰ ਦਾ ਪਾਠ ਕਰਕੇ ਜਲ ਦਾ ਛੱਟਾ ਮਾਰਿਆ, ਗਊ ਤਾਂ ਜਿੰਦਾ ਹੋ ਗਈ, ਪਰ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਹੁਤ ਨਾਰਾਜ਼ ਹੋਏ ਤੇ ਬਾਬੇ ਗੁਰਦਿੱਤੇ ਨੂੰ ਬਚਨ ਕੀਤਾ ਕਿ ਬਾਬਾ ਗੁਰਦਿੱਤਾ ਜੀ ਤੁਸੀਂ ਅਕਾਲ ਪੁਰਖ ਦੇ ਭਾਣੇ 'ਚ ਸ਼ਰੀਕ ਬਣੇ ਹੋ, ਹੁਣ ਜਾਂ ਅਸੀਂ ਸਰੀਰ ਛੱਡ ਜਾਂਦੇ ਹਾਂ ਜਾਂ ਤੁਸੀਂ ਛੱਡ ਜਾਓ। ਜਿਵੇਂ ਬਾਬੇ ਅਟਲ ਸਾਹਿਬ ਨੂੰ ਬਚਨ ਕੀਤਾ ਸੀ ਛੇਵੇਂ ਪਾਤਸ਼ਾਹ ਨੇ, ਬਾਬੇ ਅਟਲ ਸਾਹਿਬ ਜੀ 9 ਸਾਲ ਦੀ ਉਮਰ 'ਚ ਸੱਚਖੰਡ ਚਲੇ ਗਏ ਸਨ, ਬਾਬਾ ਗੁਰਦਿੱਤਾ ਜੀ ਵੀ 25-26 ਸਾਲ ਦੀ ਉਮਰ ਵਿੱਚ ਭਰ ਜਵਾਨੀ ਵਿੱਚ ਆਪਣੇ 2 ਪੁੱਤਰਾਂ ਨੂੰ ਛੱਡ ਕੇ, ਆਪਣੇ ਪਰਿਵਾਰ ਨੂੰ ਛੱਡ ਕੇ, ਜਿੱਥੇ ਅੱਜ ਕੱਲ੍ਹ ਡੇਰਾ ਬਾਬਾ ਗੁਰਦਿੱਤਾ ਕੀਰਤਪੁਰ ਸਾਹਿਬ ਅਸਥਾਨ ਬਣਿਆ, ਉੱਥੇ ਜਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸੱਚਖੰਡ ਪਿਆਨਾ ਕਰ ਗਏ। ਤੋ ਬਾਬਾ ਜੀ ਦਾ ਅਕਾਲ ਚਲਾਣਾ ਹੋਇਆ ਇਹ ਵੀ ਇਹਨਾਂ ਗੁਜਰਾਂ ਰੰਗੜਾਂ ਦੀ ਜਿੱਦਬਾਜ਼ੀ ਕਰਕੇ ਹੀ ਹੋਇਆ, ਹੋਰ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਨਾ ਕੋਈ ਊਜ ਲਾਉਂਦੇ ਰਹਿੰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵੀ ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਾਨ ਵੇਖ ਕੇ ਤਾਂ ਇਹ ਬੜੇ ਸੜਦੇ ਸਨ। ਰੋਜ਼ ਰਣਜੀਤ ਨਗਾਰਾ ਜਦੋਂ ਵੱਜਦਾ ਸੀ ਇਹਨਾਂ ਦੇ ਦਿਲ ਧੜਕਦੇ ਸਨ, ਈਰਖਾ ਦੀ ਅੱਗ 'ਚ ਸੜਦੇ ਸਨ ਤੇ ਗੁਰੂ ਖਾਲਸੇ ਨਾਲ ਗਾਹੇ ਵਗਾਹੇ ਇਹ ਕੋਈ ਨਾ ਕੋਈ ਟੱਕਰ ਲੈਣ ਦੀ ਕੋਸ਼ਿਸ਼ ਕਰਦੇ ਸਨ। ਜਿਹੜਾ ਸਤਿਸੰਗਤ ਜੀ 1704 ਵਿੱਚ 16 ਜਨਵਰੀ ਨੂੰ ਜੰਗ ਹੋਇਆ, ਜਿਹਦੇ 'ਚ ਰਾਜਾ ਕੇਸਰੀ ਚੰਦ ਨੇ ਹਾਥੀ ਲਿਆਂਦਾ ਕਿਲ੍ਹਾ ਤੋੜਨ ਵਾਸਤੇ, ਉਹਦੇ ਵਿੱਚ ਵੀ ਰੰਗੜਾਂ ਗੁਜਰਾਂ ਦੀ ਫੌਜ ਜਮਤੁੱਲਾ ਭਾਊ ਲੈ ਕੇ ਆਇਆ, ਜਿਹੜਾ ਸਿੰਘਾਂ ਦੇ ਹੱਥੋਂ ਅਗੰਮਪੁਰੇ ਮਾਰਿਆ ਗਿਆ, ਭਾਈ ਹਿੰਮਤ ਸਿੰਘ ਜੀ ਦੇ ਹੱਥੋਂ। ਕਹਿਣ ਦਾ ਭਾਵ ਹੈ ਖਾਲਸਾ ਜੀ, ਇਹ ਰੰਗੜ ਗੁਜਰ ਜਿਹੜੇ ਹਨ ਇਹ ਦਵੈਸ਼ ਕਰਦੇ ਗੁਰੂ ਘਰ ਦੇ ਨਾਲ, ਮਹਾਰਾਜ ਹੁਣ ਇਹਨਾਂ ਨੂੰ ਤਗੜੇ ਹੱਥ ਲਾ ਰਹੇ ਨੇ। ਕਹਿੰਦੇ ਦੇਖੋ ਬਈ, ਜੇ ਤੁਹਾਡੇ ਵਿੱਚੋਂ ਜਾਂ ਤੁਹਾਡੀ ਬਰਾਦਰੀ ਚੋਂ ਤੁਹਾਡੇ ਇਲਾਕੇ ਚੋਂ ਕਿਸੇ ਨੇ ਵੀ ਇੱਦਾਂ ਦੀ ਹਰਕਤ ਅੱਗੇ ਨੂੰ ਕੀਤੀ, ਐਤਕੀ ਤਾਂ ਅਸੀਂ ਤੁਹਾਨੂੰ ਜਿਉਂਦੇ ਛੱਡ ਰਹੇ ਹਾਂ, ਅਗਲੀ ਵਾਰੀ ਅਸੀਂ ਤੁਹਾਨੂੰ ਝਟਕਾ ਦਿਆਂਗੇ, ਖਤਮ ਕਰ ਦਿਆਂਗੇ। ਹੱਥ ਰੰਗੜ ਗੁੱਜਰ ਸਮਝਾਏ, ਸਾਰੇ ਗੁੱਜਰ ਰੰਗੜ ਮਾਰ ਦਿਆਂਗੇ ਫਿਰ। ਬਹੁਰ ਅਖੇਰ ਬ੍ਰਿਤ ਕੁਛ ਕੀਨੋ, ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਤਾੜਨਾ ਕਰਕੇ ਬਾਅਦ ਵਿੱਚ ਕੁਝ ਸਮਾਂ ਜੰਗਲ 'ਚ ਸ਼ਿਕਾਰ ਖੇਡਿਆ ਹੈ। ਸ੍ਰੀ ਪ੍ਰਭ ਬਨ ਮਹਿ ਵਿਚਰਨ ਕੀਨੋ, ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਬਨ ਮਹਿ ਵਿਚਰਨ ਕੀਨੋ ਵਿਚਰ ਕੇ ਸ਼ਿਕਾਰ ਖੇਡਦੇ ਹਨ। ਸੂਕਰ ਸਤੇ ਚੰਖਾਰ ਬਡੇਰੇ, ਔਰ ਸੂਰ ਖਰਗੋਸ਼ ਤੇ ਚੰਖਾਰ ਹਿਰਨ ਇਹਨਾਂ ਜਾਨਵਰਾਂ ਦਾ ਸ਼ਿਕਾਰ ਖੇਡਿਆ ਹੈ। ਔਰ ਬਹੁਤ ਸਾਰੇ ਜਾਨਵਰਾਂ ਨੂੰ ਮਾਰ ਕੇ ਲਿਆਂਦਾ ਹੈ। ਹੁਣ ਮਹਾਰਾਜ ਸ਼ਿਕਾਰ ਕਿਉਂ ਖੇਡਦੇ ਆ? ਖਾਲਸੇ ਨੂੰ ਸ਼ਸਤਰ ਵਿਦਿਆ ਸਿਖਾ ਰਹੇ ਆ, ਜੰਗ ਦੇ ਵਿੱਚ ਖੂਨ ਦੀਆਂ ਨਦੀਆਂ ਤਰਨੀਆਂ ਪੈਣੀਆਂ, ਜੇ ਸਿੰਘ ਸ਼ਿਕਾਰ ਨਹੀਂ ਖੇਡੇਗਾ ਤੇ ਜੰਗ ਵਿੱਚ ਜਾ ਕੇ ਕੀ ਕਰੇਗਾ? ਜੰਗ ਦੀਆਂ ਸਾਰੀਆਂ ਹੀ ਵਿਧਾ ਮਹਾਰਾਜ ਖਾਲਸੇ ਨੂੰ ਸਿਖਾਉਂਦੇ ਹਨ। ਸ਼ਸਤਰ ਹਤਨ ਕੇ ਜਿਮ ਹੋਏ ਢੰਗ, ਸ਼ਸਤਰ ਕਿਵੇਂ ਮਾਰਨਾ ਹੈ? ਸ਼ਿਕਾਰ ਨੇ ਆਪਣੇ ਆਪ ਨੂੰ ਬਚਾਉਣਾ ਹੈ ਤੇ ਉਹਨੂੰ ਘੇਰ ਕੇ ਮਾਰਨਾ ਹੈ, ਸ਼ਸਤਰ ਦਾ ਵਾਰ ਕਿਵੇਂ ਹੁੰਦਾ ਹੈ?
ਇਹ ਸਾਰੇ ਢੰਗ ਵਿਧੀਆਂ ਸਤਿਗੁਰੂ ਕਲਗੀਧਰ ਜੀ ਖਾਲਸੇ ਨੂੰ ਸਮਝਾਉਂਦੇ ਹਨ। ਬੱਚੇ ਅਗਰ ਰਣਜੀਤ ਨਗਾਰਾ, ਜਦੋਂ ਮਹਾਰਾਜ ਸ਼ਿਕਾਰ ਨੂੰ ਚੜ੍ਹਦੇ ਨੇ ਅੱਗੇ ਰਣਜੀਤ ਨਗਾਰਾ ਵੱਜਦਾ ਜਾਂਦਾ ਹੈ। ਗਰਜਤ ਸਕਲ ਗਿਰਨ ਕੀ ਧਾਰ, 22 ਧਾਰ ਦੀਆਂ ਪਹਾੜੀਆਂ ਦੇ ਵਿੱਚ ਨਗਾਰਾ ਗੂੰਜਦਾ ਗਰਜਦਾ ਹੈ। ਜੰਗ ਪ੍ਰਸੰਗ ਜਹਾਂ ਕਹਿ ਸੁਣਿਓ, ਇਹ ਜਿਹੜਾ ਜੰਗ ਨੂਹ ਪਿੰਡ ਚ ਹੋਇਆ ਸੀ ਰੰਗੜਾ ਦੇ ਗੁਜਰਾਂ ਨਾਲ, ਭਾਵੇਂ ਇਹ ਬਹੁਤ ਵੱਡਾ ਜੰਗ ਤਾਂ ਨਹੀਂ ਸੀ ਪਰ ਜਿੱਥੇ 50 ਬੰਦੇ ਲਗਭਗ ਮਾਰੇ ਗਏ ਹੋਣ ਉਹ ਛੋਟਾ ਵੀ ਨਹੀਂ ਹੁੰਦਾ। ਬਹੁਤ ਗੁਜਰਾਂ ਦਾ ਰੰਗੜਾਂ ਦਾ ਨੁਕਸਾਨ ਹੋਇਆ ਤੇ ਉਹਨਾਂ ਨੂੰ ਮਹਾਰਾਜ ਨੇ ਕੰਨੀ ਹੱਥ ਲਵਾ ਕੇ ਛੱਡਿਆ। ਇਸ ਗੱਲ ਦੀ ਖਬਰ ਸਾਰੇ ਪਹਾੜੀ ਇਲਾਕਿਆਂ ਦੇ ਵਿੱਚ ਗੁਜਰਾਂ ਰੰਗੜਾਂ ਦੇ 22 ਧਾਰ ਦੇ ਰਾਜਿਆਂ ਵਿੱਚ ਪਸਰ ਗਈ। ਨੂਹ ਜੋ ਗ੍ਰਾਮ ਗੁਰੂ ਚੜ੍ਹ ਹਨਿਓ, ਇਹ ਪਤਾ ਲੱਗ ਗਿਆ 22 ਧਾਰ ਦੇ ਰਾਜਿਆਂ ਨੂੰ ਵੀ ਤੇ ਸਾਰੇ ਪੰਜਾਬ ਦੇ ਵਿੱਚ ਵੀ ਗੁਰੂ ਸਾਹਿਬ ਨੇ ਨੂਹ ਪਿੰਡ ਤੇ ਹੱਲਾ ਕੀਤਾ ਹੈ ਤੇ ਨੂਹ ਪਿੰਡ ਦੇ ਗੁਜਰਾਂ ਰੰਗੜਾਂ ਨੂੰ ਸੋਧਾ ਲਾਇਆ ਹੈ। ਸੰਗਤ ਲੁੱਟੀ ਜਾਂ ਤੇ ਮਾਰਾ, ਇਸ ਕਰਕੇ ਸਾਧ ਸੰਗਤ ਜੀ ਸਾਰੇ ਪਾਸੇ ਖਬਰ ਫੈਲ ਗਈ ਵੀ ਗੁਰੂ ਸਾਹਿਬ ਨੇ ਆਪਣੀ ਸੰਗਤ ਦੇ ਲੁੱਟਣ ਦਾ ਬਦਲਾ ਲਿਆ ਹੈ। ਸੁਣ ਸੁਣ ਅਪਰ ਸਭਨ ਡਰਤਾ, ਸੋ ਸਾਰੇ ਦੂਜੇ ਵੀ ਜਿਹੜੇ ਏਦਾਂ ਦੀ ਸੋਚ ਰੱਖਦੇ ਸਨ ਵੀ ਸੰਗਤ ਨੂੰ ਆਉਂਦਿਆਂ ਜਾਂਦਿਆਂ ਪਰੇਸ਼ਾਨ ਕਰਦੇ ਸਨ, ਸੰਗਤਾਂ ਨੂੰ ਲੁੱਟਦੇ ਸਨ, ਉਹਨਾਂ ਨੂੰ ਵੀ ਕੰਨੀ ਹੱਥ ਲੱਗ ਗਏ। ਉਹਨਾਂ ਨੂੰ ਵੀ ਸਮਝ ਆ ਗਈ ਵੀ ਜੇ ਅਸੀਂ ਏਦਾਂ ਦੀ ਗੁਸਤਾਖੀ ਕਰਾਂਗੇ ਤਾਂ ਸ੍ਰੀ ਕਲਗੀਧਰ ਪਾਤਸ਼ਾਹ ਸਾਨੂੰ ਵੀ ਡੰਡ ਦੇਣਗੇ। ਕੇਤਕ ਦੁਸ਼ਟ ਮੂੜ ਮਤ ਕਾਚੇ, ਸੋ ਕੱਚੇ ਜਿਹੜੇ ਦੁਸ਼ਟ ਮੂਰਖ ਹੰਕਾਰੀ ਕਹਿ ਲੋ ਜਿਹੜੇ ਲੋਕ ਹਨ, ਗੁਰ ਸੰਗ ਬੈਰ ਧਾਰ ਰਿਸ ਰਾਚੇ, ਉਹ ਅੰਦਰੋਂ ਅੰਦਰੀ ਗੁਰੂ ਘਰ ਨਾਲ ਵੈਰ ਵਧਾਈ ਜਾਂਦੇ ਹਨ। ਜਿਨ੍ਹਾਂ ਦੇ ਭਾਗ ਮਾੜੇ ਹਨ, ਕਰਮ ਮਾੜੇ ਹਨ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੀ ਸ਼ਾਨ ਵੇਖ ਕੇ ਈਰਖਾ ਕਰਦੇ ਹਨ। ਉਤੇ ਜੋ ਤਿੰਨ ਸੰਬੰਧੀ ਬ੍ਰਿੰਦ, ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸੰਬੰਧੀ ਸਨ, ਨੂਹ ਪਿੰਡ ਵਾਲਿਆਂ ਦੇ ਰਿਸ਼ਤੇਦਾਰ, ਦੂਰ ਨੇੜੇ ਰਹਿਣ ਵਾਲੇ, ਬਣੇ ਛੱਤਰ ਚਹਿ ਜੰਗ ਬਿਲੰਦ, ਉਹਨਾਂ ਦੇ ਅੰਦਰ ਦੁਸ਼ਮਣੀ ਦਾ ਬੀਜ ਬੀਜਿਆ ਗਿਆ ਕਿਉਂਕਿ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਮਾਰ ਖਾ ਕੇ ਕੁਝ ਸਮੇਂ ਲਈ ਤਾਂ ਚੁੱਪ ਕਰਦੇ ਨੇ, ਸਦਾ ਲਈ ਨਹੀਂ ਕਰਦੇ। ਅੰਦਰੋਂ ਈਰਖਾ ਦੁਵੈਸ਼ ਤਾਂ ਉਹ ਰੱਬ ਹੀ ਕੱਢੇ ਤਾਂ ਕੱਢੇ, ਬੰਦੇ ਨੂੰ ਅਕਲ ਮਰਨ ਤੱਕ ਨਹੀਂ ਆਉਂਦੀ। ਸਾਧ ਸੰਗਤ ਜੀ, ਦੁਸ਼ਟ ਬੰਦਿਆਂ ਨੂੰ ਤੇ ਮਰਨ ਤੋਂ ਬਾਅਦ ਵੀ ਨਾ ਪਤਾ ਲੱਗੇ, ਅਗਲੇ ਜਨਮ ਚ ਵੀ ਰੱਬ ਉੱਥੇ ਹੀ ਸੁੱਟ ਦਿੰਦਾ ਜਿੱਥੇ ਵੈਰ ਭਾਵ ਚ ਹੀ ਰਹਿੰਦੇ ਆ, ਕਿਉਂਕਿ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿਹੜੀ ਵਾਸਨਾ ਮਾੜੀ ਹੈ ਨਾ ਸਾਡੇ ਅੰਦਰ, ਜਿਹੋ ਜੀ ਵੀ ਹੈ ਉਹੋ ਜੀ ਵਾਸਨਾ ਨਾਲ ਅਗਲਾ ਜਨਮ ਹੁੰਦਾ। ਜਿਹਨਾਂ ਦੇ ਮਨ ਚ ਗੁਰੂ ਘਰ ਨਾਲ ਵੈਰ ਤੇ ਵੈਰ ਕਰਦੇ ਕਰਦੇ ਮਰ ਗਏ, ਅਗਲੇ ਜਨਮ ਚ ਵੀ ਉਹੀ ਵੈਰੀ ਬਣ ਕੇ ਆਉਂਦੇ। ਅੱਜ ਵੀ ਖਾਲਸੇ ਪੰਥ ਨਾਲ ਕਈ ਵੈਰ ਕਰਦੇ ਆ, ਇਹ ਰੂਹਾਂ ਉਹੀ ਚਲੀਆਂ ਆਉਂਦੀਆਂ, ਸਰੀਰ ਬਦਲਦੇ ਰਹਿੰਦੇ। ਆਖੋ ਸ੍ਰੀ ਵਾਹਿਗੁਰੂ, ਸਰੀਰ ਬਦਲ ਜਾਂਦੇ ਆ, ਰੂਹਾਂ ਨਹੀਂ ਬਦਲਦੀਆਂ। ਰੂਹਾਂ ਉਹ ਭੈੜੀਆਂ ਰੂਹਾਂ ਭੈੜੇ ਪਾਸੇ ਕੰਮ ਭੈੜੇ ਕਰੀ ਜਾਂਦੀਆਂ, ਚੰਗੀਆਂ ਰੂਹਾਂ ਚੰਗੇ ਕੰਮ ਕਰੀ ਜਾਂਦੀਆਂ। ਸੋ ਇਹ ਬੁਰੀ ਵਿਚਾਰਾਂ ਵਾਲੇ ਜਿਹੜੇ ਲੋਕ ਸਨ ਉਹ ਤਾਂ ਮਜਬੂਰੀ ਨੂੰ ਤਾਂ ਚੁੱਪ ਕਰ ਗਏ ਪਰ ਅੰਦਰੋਂ ਦਸਵੇਂ ਪਾਤਸ਼ਾਹ ਤੋਂ ਬਦਲਾ ਲੈਣ ਦੀ ਸੋਚਣ ਲੱਗ ਪਏ। ਜਾਗਿਓ ਵੈਰ ਖਾਲਸੇ ਕੇਰਾ, ਖਾਲਸੇ ਦਾ ਤੇ ਗੁਜਰਾਂ ਰੰਗੜਾਂ ਦਾ ਹੁਣ ਵੈਰ ਜਾਗ ਪਿਆ, ਦੁਸ਼ਮਣੀ ਪੈ ਗਈ। ਹਿੰਦੂ ਤੁਰਕਨ ਸੰਗ ਬਖੇਰਾ, ਇਹ ਬਖੇਰਾ ਹਿੰਦੂਆਂ ਨਾਲ ਵੀ ਤੇ ਮੁਸਲਮਾਨਾਂ ਨਾਲ, ਕਿਉਂਕਿ ਖਾਲਸਾ ਪੰਥ ਮਹਾਰਾਜ ਨੇ ਇਹੋ ਜਿਹਾ ਸਾਜਿਆ, ਝੂਠਿਆਂ ਨੂੰ ਚੰਗਾ ਨਹੀਂ ਲੱਗਦਾ। ਜੇ ਕੋਈ ਬੋਲਾ ਸੱਚ
ਕੂੜਾ ਜਲ ਜਾਵੀ। ਜੇ ਕੋਈ ਸੱਚ ਤੇ ਪਹਿਰਾ ਦੇਵੇ ਝੂਠਿਆਂ ਨੂੰ ਬੜੀ ਅੱਗ ਲੱਗਦੀ ਹੈ। ਤੇ ਖਾਲਸਾ ਜੀ ਉਹ ਜਿਹੜੇ ਝੂਠੇ ਕਪਟੀ ਦੁਸ਼ਟ ਬੰਦੇ ਸਨ, ਭਾਵੇਂ ਹਿੰਦੂ ਸਨ ਭਾਵੇਂ ਮੁਸਲਮਾਨ, ਦੇਖੋ ਖਾਲਸਾ ਕਿਸੇ ਦਾ ਵੈਰੀ ਨਹੀਂ। ਔਰ ਇਹ ਵੀ ਗੱਲ ਯਾਦ ਰੱਖਣ ਵਾਲੀ, ਜਿਹੜੇ ਚੰਗੇ ਮੁਸਲਮਾਨ ਸਨ, ਜਿਹੜੇ ਚੰਗੇ ਹਿੰਦੂ ਸਨ, ਉਹ ਗੁਰੂ ਕਲਗੀਧਰ ਨਾਲ ਖੜਦੇ ਸਨ। ਪੀਰ ਬੁੱਧੂ ਸ਼ਾਹ, ਭੀਖਣ ਸ਼ਾਹ ਵਰਗੇ ਮਹਾਰਾਜ ਦੇ ਸੇਵਕ ਹੋਏ। ਨਿਹੰਗ ਖਾਂ ਪਠਾਣ ਨੇ ਭੱਠਾ ਸਾਹਿਬ ਮਹਾਰਾਜ ਦੀ ਸੇਵਾ ਕੀਤੀ। ਗਨੀ ਖਾਂ ਨਬੀ ਖਾਂ ਨੇ ਮਾਛੀਵਾੜੇ ਦੇ ਜੰਗਲਾਂ 'ਚ ਸੇਵਾ ਕੀਤੀ। ਜਿਹੜੇ ਚੰਗੇ ਮੁਸਲਮਾਨ ਸਨ ਉਹ ਦਸਵੇਂ ਪਾਤਸ਼ਾਹ ਵੱਲ ਖੜੇ, ਤੇ ਜਿਹੜੇ ਚੰਗੇ ਹਿੰਦੂ ਸਨ ਪਾਤਸ਼ਾਹ ਵੱਲ ਖੜੇ, ਪਰ ਜਿਹੜੇ ਮਾੜੇ ਸਨ ਕਈ ਸਿੱਖ ਖਵਾਉਣ ਵਾਲੇ ਵੀ ਉੱਧਰ ਦੀ ਬੋਲੀ ਬੋਲਣ ਲੱਗ ਪਏ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਸੱਚ ਤੇ ਪਹਿਰਾ ਦੇਣਾ, ਦੁਖੀਆਂ ਦੁਸ਼ਟਾਂ ਦਾ ਮੂੰਹ ਕਾਲਾ ਹੋਣਾ। ਸੋ ਭਾਈ ਸਾਹਿਬ ਲਿਖ ਰਹੇ ਆ ਪ੍ਰਸੰਗ, ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਖਾਲਸੇ ਦੀ ਸ਼ਾਨੋ ਸ਼ੌਕਤ ਚੜ੍ਹਦੀ ਕਲਾ ਜਾਹੋ ਜਲਾਲ, ਇਹਦੀ ਖਬਰਾਂ ਦਿੱਲੀ ਦੇ ਤਖ਼ਤ ਤੱਕ ਵੀ ਪਹੁੰਚ ਗਈਆਂ। ਹੈਦਰਾਬਾਦ, ਔਰੰਗਾਬਾਦ, ਇੱਧਰ ਬਾਦਸ਼ਾਹ ਔਰੰਗਜ਼ੇਬ ਫਿਰ ਰਿਹਾ ਸੀ ਗੋਲਕੁੰਡੇ ਕਿਲੇ ਨੂੰ ਫਤਿਹ ਕਰਨ ਵਾਸਤੇ। ਆ ਕਈ ਸਾਲ ਉੱਧਰ ਉੱਥੇ ਖਬਰ ਪਹੁੰਚੀ ਉਹਨੂੰ ਕਿ ਗੁਰੂ ਗੋਬਿੰਦ ਸਿੰਘ ਨੇ ਬੜੀ ਵੱਡੀ ਫੌਜ ਤਿਆਰ ਕਰ ਲਈ ਹੈ, ਤੋ ਬਾਦਸ਼ਾਹ ਵੱਲੋਂ ਵੀ ਇਹਨਾਂ ਫੌਜਾਂ ਨੂੰ ਕਾਬੂ ਕਰਨ ਦੇ ਲਈ ਸੋਚਾਂ ਵਿਉਂਤਾਂ ਕਿੱਦਾਂ ਦੀਆਂ ਬਣੀਆਂ। ਸ੍ਰੀ ਗੁਰਪ੍ਰਤਾਪ ਸੂਰਜ ਦੇ ਲਿਖਾਰੀ ਸਤਿਕਾਰਯੋਗ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕਥਾ ਬਿਆਨ ਕੀਤੀ, ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ।